400 ਕ੍ਰਿਕਟ ਦਾ ਇੱਕ ਪਾਸੇ ਅੱਤਵਾਦੀ ਆ ਤੇ ਦੂਜੇ ਪਾਸੇ ਦੁਨੀਆ ਫਾਰਚੂਨਰ ਕਹਿੰਦੀ ਹੈ ਇਹ ਧੁੰਨਾ ਲੁੱਟਿਆਂ ਦੀ ਧਰਤੀ ਦਾ ਹੈ। ਪਹਿਲਾਂ ਓਵਰ ਪਾਉਣ ਲਈ ਜਿਹੜਾ ਤਿਆਰ ਵਰ ਤਿਆਰ ਹੈ ਸਾਹਮਣੇ ਤਕੜੇ ਮੈਚ ਜਿਹੜੀ ਸ਼ੁਰੂਆਤ ਹੁਣ ਲੱਗੀ ਆ। ਕੱਲ ਜਦੋਂ 2 ਵਜੇ ਟਾਈਆਂ ਪਈਆਂ ਨਾ ਪ੍ਰੀ ਕੁਆਟਰ ਦੀਆਂ ਤੇ ਲੋਕਾਂ ਨੇ ਉਦੋਂ ਹੀ ਪੁੱਛਣਾ ਸ਼ੁਰੂ ਕਰ ਦਿੱਤਾ ਸੀ ਲੈ ਵੀ ਦੀਪ ਵੀ ਨੂਰਪੋਰਟ ਵੇਟ ਤੇ ਢੱਡਿਆ ਜਿਹੜਾ ਮੈਚ ਸਵੇਰੇ ਕਿੰਨੇ ਵਜੇ ਸ਼ੁਰੂ ਹੋਣਾ। ਉਹ ਦਰਸ਼ਕਾਂ ਨੇ ਦੂਰੋਂ ਦੂਰੋਂ ਜਿਹੜੀਆਂ ਮੇਰੇ ਮਿੱਤਰੋ ਅੱਜ ਹਾਜ਼ਰੀਆਂ ਭਰੀਆਂ ਚਰਚੇ ਵੱਡੇ ਹੋਣੇ ਕਿ ਬਿਗਲ ਬੱਜਿਆ ਕੁਝ ਦਾ ਹੁਕਮ ਆਇਆ ਚੜਿਆ ਸੂਰਮੇ ਮਰਦ ਦਲੇਰਮੀਆਂ ਨਿਕਲਿਆ ਪੁੱਤ ਸਰਦਾਰਾਂ ਦੇ ਸਹਿਰ ਬਣ ਕੇ ਜਿਵੇਂ ਬੇਲਿਓ ਨਿਕਲਦਾ ਫੇਰ ਵੀ ਆ। ਆਓ ਪਹਿਲੀ 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 ਪੈਗੀ ਤੇ ਪਹਿਲੀ ਦੇ ਰਨ 4 ਜਿਹੜੇ ਮੁੰਡੇ ਨੇ ਆਪਣੀ ਟੀਮ ਲਈ ਜੋੜ ਦਿੱਤੇ ਆ ਕਿ ਜਿਹੜਾ ਹਥਿਆਰ ਉਹਦੀ ਜਿੱਤ ਯਕੀਨਣ ਦੋਸਤੋ ਜਿਹੜਾ ਪਹਿਲਾਂ ਕਰਜੇ ਬਾਹਰ ਉਹਦੀ ਜਿੱਤ ਯਕੀਨਣ ਦੋਸਤੋ ਪਹਿਲਾਂ ਕਰਜੇ ਬਾਹਰ ਉਸ ਸਾਹਮਣੇ ਚਰਚਾ ਜਿਹੜੀ ਵੱਡੀ ਹੋਣੀ ਅੱਜ ਮੈਂ ਜਿਹੜੇ ਸਿਰੇ ਦੇ ਖੇਡੇ ਜਾਣੇ ਆ ਮੈਂ ਜਿਹੜੇ ਚੋਟੀ ਦੇ ਖੇਡੇ ਜਾਣੇ ਆ। ਬਾਲਾਂ ਦੇ ਦੋ ਜੀ ਬਾਲਾਂ ਇੱਧਰ ਹੀ ਦੇ ਵਧੀਆ ਵਧੀਆ ਪਿੰਦਰ ਵੀਰੇ ਵਧੀਆ ਤੋਂ ਚਾਚੇ ਇੱਧਰ ਉੱਧਰ ਕੋਈ ਵੀ ਕੁਰਸੀਆਂ ਨਾ ਲੈ ਕੇ ਜਾਇਓ ਇਹਨੂੰ ਦੁਨੀਆ ਅੱਤਵਾਦੀ ਕਹਿੰਦੀ ਹੈ। ਮੱਥਾ ਮੇਰੇ ਵੀਰੇ ਚਰਚੇ ਜਿਹੜੇ ਵੱਡੇ ਕਰਾ ਦਿੱਤੇ ਆ। ਅੱਜ ਦੇ ਦਿਨ ਦੀਆਂ ਪਹਿਲੀਆਂ 2 ਬਾਲਾਂ ਤੇ 2 ਬਾਉਂਡਰੀਆਂ ਆ ਗਈਆਂ। ਅੱਜ ਦੇ ਦਿਨ ਦੀਆਂ ਪਹਿਲੀਆਂ 2 ਬਾਲਾਂ ਦੋਨੇ ਬਾਉਂਡਰੀਆਂ ਆ ਗਈਆਂ ਮੇਰੇ ਵੀਰੋ। ਮੈਂ ਜਿਹੜੇ ਸਿਰੇ ਦੇ ਖੇਡੇ ਜਾਣੇ ਆ ਲੈ ਵੀ ਧੁੰਨਿਆ ਤਗੜਾ ਹੋ ਜਾ ਓਏ 11 ਯਾਰ ਸੀਰੀਜ ਆ ਫਿੱਟ ਹੋ ਜਾ ਫਿੱਟ ਪੈਂਦੀ ਬਾਲ ਏ ਪੱਲੇ ਬਾਲ ਜਿਹੜੀ ਸਿਰੇ ਦੀ ਬੋਂਗੋ ਬੋਂਗੋ ਸਾਹਮਣਾ ਕਰਨ ਲਈ ਮੇਰੇ ਮਿੱਤਰੋ ਤਿਆਰ ਪਰ ਤਿਆਰ ਹੈ। ਇੱਧਰ ਇੱਧਰ ਵਾਹ ਮੋਟਿਆ ਉਧਰ ਹੰਗਰੀ ਵਾਲਾ ਮੋਟਾ ਵੀ ਲੈ ਜੁੜਿਆ ਬੈਠਾ ਹੈ ਕਹਿੰਦਾ ਅੱਜ ਨੋਟਾਂ ਦਾ ਮੀਂਹ ਪਾਉਣਾ ਪਹਿਲੀ ਵਾਰ ਤੇ ਛੱਕਾ ਵੱਜਣਾ ਸੀ ਇਨਿੰਗ ਦੀ ਸ਼ੁਰੂਆਤ ਦੇ ਵਿੱਚ ਤੇ ਰੁਪਈਆ 1100 ਲਾਇਆ ਸੀ ਪਰ ਚੌਕਾ ਵੱਜਿਆ ਸੀ ਰਵੀ ਮਾਨਾ ਤੇਰੀ ਜਾਣਕਾਰੀ ਦੇ ਵਿੱਚ ਵਾਧਾ ਕਰਵਾ। ਆਓ ਸਾਹਮਣੇ ਧੁੰਨੇ ਦੀ ਬਾਲ ਤੇ ਜੀਵਨ ਭਰੀ ਹੋਗੋ ਆਓ ਸਾਹਮਣਾ ਕਰਦਾ ਹੈ ਪਰ ਬਾਲ ਜਿਹੜੀ ਸਿਰੇ ਦੀ ਮੁੰਡੇ ਨੇ ਪਾਤੀ ਹੈ ਬਾਲ ਜਿਹੜੀ ਚੋਟੀ ਦੀ ਗੱਭਰੂ ਨੇ ਮੇਰੇ ਮਿੱਤਰੋ ਪਾ ਦਿੱਤੀ ਹੈ ਕਿ ਪੈਂਦੀਆਂ ਨੇ ਬਾਲਾਂ ਯਾਰ ਉਹ ਚੜ ਚੜ ਕੇ ਵੇਖਦਾ ਜਵਾਨਾ ਸਾਰਾ ਖੜ ਖੜ ਕੇ ਕੌਣ ਪਾਊ ਬਾਲਾਂ ਕੌਣ ਮਾਰੂ ਛੱਕੇ ਝੁੱਕ ਝੁੱਕ ਕੇ ਕਿਹਦੀਆਂ ਡੋਲਿਆਂ ਪੱਟਾਂ ਦੇ ਵਿੱਚ ਯਾਰ ਮਿੱਤਰੋ ਉਹਨੇ ਜਾਣਾ ਜਿੱਤ ਕੇ 4 ਫੇਰ ਜਿਹੜੇ ਮੁੰਡੇ ਨੇ ਜੋੜ ਦਿੱਤੇ ਆ ਫੇਰ ਜਿਹੜੇ ਗੱਭਰੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤੇ ਆ ਜਿੱਥੇ ਜਿੱਥੇ ਨਗਦੀਆਂ ਹੁੰਦੀਆਂ ਸੀਰੀ ਦੇ ਵਿੱਚ ਜਿਹੜਾ ਸਾਹਮਣੇ ਖੜਾ ਰਾਹ ਇਹਨੂੰ ਹਰਾਉਣਾ ਕੋਈ ਖਾਲਾ ਜੀ ਦਾ ਵਾਲਾ ਨੀ ਜਿੱਥੇ ਜਿੱਥੇ ਨਗਦੀਆਂ ਸੀਰੀਜ ਹੁੰਦੀਆਂ ਬੱਲੇ 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 ਇੱਕ ਵਾਰੀ ਫੇਰ
ਗੁਰ ਚਾਰ ਗੜ ਗਿਆ ਹੈ। ਮਤੇ ਖੇਡੀ ਜਾਈ ਵੀਰੇ, ਹਵਾ ਲੱਗ ਗਈ, ਉੱਨੀ ਹੋ ਗਏ ਸ਼ਾਵਾ ਮੱਥੇ, ਕਿੰਨੇ ਹੋ ਗਏ ਜੀ? ਇੱਕ ਓਵਰ ਉੱਨੀ, ਇੱਕ ਓਵਰ ਦੀ ਸਮਾਪਤੀ ਤੇ ਉੱਨੀ ਸਕੋਰ ਜਿਹੜੇ ਬਣ ਗਿਆ, ਇੱਕ ਓਵਰ ਸਮਾਪਤ ਆ ਤੇ ਉੱਨੀ ਸਕੋਰ ਜਿਹੜੇ ਬਣ ਗਏ ਆ। ਆਓ ਆ ਗਿਆ ਸੁਭਾਨ ਮੇਰੇ ਮਿੱਤਰੋ ਮੁੰਡਾ, ਢੱਡਰ ਦੀ ਧਰਤੀ ਦਾ ਪਾਲ ਪਾਉਣ ਦੇ ਲਈ ਤਿਆਰ ਵਰਤਿਆ ਹੈ। ਆਹ ਮੁੰਡੇ ਨੇ ਵੀ ਥੋੜੇ ਸਮੇਂ ਚ ਵੱਡਾ ਨਾਮ ਬਣਾਇਆ, ਚਾਰ ਜੁੜ ਗਏ, ਚਾਰ ਜੁੜ ਗਏ ਢੱਡਰ ਵਾਲਿਆ। ਇਹਦਾ ਕੈਚ ਨੀ ਚੰਦਰਿਆ, ਮੈਚ ਸੜਦਾ, ਇਹਦਾ ਕੈਚ ਨੀ ਚੰਦਰਿਆ, ਓਏ ਮੈਚ ਸੜਦਾ, ਮੈਚ ਸੜਦਾ। ਚਾਰ ਜੁੜ ਗਏ ਚਾਰ, ਸੁਭਾਨ ਦੀਆਂ ਬਾਲਾਂ ਪੈਂਦੀਆਂ, ਇਹਨੂੰ ਕਾਸਕੋ ਕ੍ਰਿਕਟ ਦੀ ਬਿਊਟੀ ਕਹਿੰਦੀ। ਨਹੀਂ ਵੀਰੇ ਵਾਰਨਰ ਨੀ ਹੈਗਾ, ਬਿਜਲੀ ਖੇਡੂਗਾ ਵਾਰਨਰ ਦੀ ਜਗ੍ਹਾ ਤੇ। ਇਹਨੂੰ ਕਾਸਕੋ ਕ੍ਰਿਕਟ ਦੀ ਬਿਊਟੀ ਕਹਿੰਦੀ ਆ ਦੁਨੀਆ। ਉਧਰੋਂ ਪਾਣੀ ਵਾਲਾ ਵੀ ਆ ਗਿਆ ਤੇ ਚਰਤੇ ਹੋਣਗੇ, ਜੋਗੇ ਨੇ ਵੀ ਆਉਣਾ, ਧਲੇਰਾਂ ਚੁਗਲੀਆਂ ਚ ਲੱਗਿਆ ਪਿਆ, ਚਰਤੇ ਉਹਦੇ ਵੀ ਵੱਡੇ ਆ। ਬਾਲ ਫੇਰ ਸੁਭਾਨ ਦੀ ਪੈਂਦੀ ਆ ਸਾਹਮਣੇ, ਅੱਤਵਾਦੀ ਬੱਲੇ ਓਏ ਓਏ ਕੱਟਰ ਸਹੀ ਮਾਰਾ, ਦਿਮਾਗ ਨਾਲ ਖੇਡੀ। ਸਾਹਮਣੇ ਗੱਲਾਂ ਜਿਹੜੀਆਂ ਟਿਕਾਣੇ ਲੱਗੀਆਂ ਪਈਆਂ, ਚਰਤੇ ਜਿਹੜੇ ਵੱਡੇ ਆ ਮੇਰੀ ਵੀਰੋ, ਲੈ ਵੀ ਜੀਵਨ ਪੁਰੀਆ ਫਿੱਟ ਹੋ ਜਾ, ਓਏ ਪ੍ਰੀ ਕੁਆਟਰ ਜੇ ਕੁਆਟਰ ਖੇਡਣਾ ਹੈ ਤੇ ਆਹ ਮੁੰਡਿਆਂ ਨੂੰ ਫਰਾਉਣਾ ਪੈਣਾ ਹੈ। ਪਰ ਆਹ ਏਰੀਏ ਦੀ ਟੋਪ ਦੀ ਟੀਮ ਆ ਢੱਡਿਆੜੇ ਦੀ, ਇਹਨਾਂ ਨੂੰ ਫਰਾਉਣਾ ਵੀ ਕੋਈ ਖਾਲਾ ਜੀ ਦਾ ਵਾੜਾ ਨੀ, ਮੁੰਡੇ ਪੰਜਾਬ ਦੇ ਵੱਡੇ ਮੇਲੇ ਜਿੱਤਦੇ ਆ। ਸਭ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕੀ ਗਿਆਨ ਧਿਆਨ ਕੁਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ, ਕੀ ਸਭ ਤੇ ਵੱਡਾ ਮੇਰਾ ਸਤਿਗੁਰੂ ਨਾਨਕ ਜੁਲ ਕਲ ਰਾਖੀ ਮੇਰੀ। ਇੱਧਰ ਕਹਿੰਦੇ ਵੱਡਾ ਮੈਚ ਮੇਰੇ ਵੀਰੋ ਕਹਿੰਦੇ ਖੇਡਿਆ ਜਾ ਰਿਹਾ, ਇੱਕ ਪਾਸੇ ਕਹਿੰਦੇ ਟੀਮ ਮੇਰੇ ਵੀਰੋ ਨੂਰਪੁਰ ਬੇਟ ਹੈ ਕਹਿੰਦੇ ਪਿੰਡ ਬੋਡਿਆਂ ਦਾ, ਔਰ ਦੂਜੇ ਪਾਸੇ ਕਹਿੰਦੇ ਢੱਡਿਆੜਾ ਦੀ ਟੀਮ ਦੇ ਖਿਡਾਰੀ ਔਰ ਖੇਡਦੇ ਜਿਹੜੇ ਨਜ਼ਰ ਆ ਰਿਹਾ ਹੈ। ਉਹ ਸਾਹਮਣੇ ਚਰਕਾ ਵੱਡੀਆਂ ਨੇ ਵੀ ਪੁਆਣੀ ਵਾਲਿਆ, ਵੇਖ ਕੌਣ ਆ ਗਿਆ, ਆਹ ਜਿਹਨੇ ਕੱਲ ਕਹਿੰਦੇ ਫੋਨ ਜਿੱਤਿਆ ਮੇਰੇ ਮਿੱਤਰੋ, ਉਹ ਆ ਗਿਆ 18 ਮੋਟਰਸਾਈਕਲ ਜਿੱਤੇ ਆ, ਔਰ ਇੱਕ ਫੋਨ ਤੇ ਕਹਿੰਦੇ ਦੋ ਗੱਡੀਆਂ ਦਾ ਜੇਤੂ, ਉਹ ਆਲਰੇਡੀਆਂ ਪਾਸੇ ਮਸ਼ੀਨਾਂ ਦੇ ਉੱਤੇ ਭਾਵੇਂ ਸ਼ੋਰੂਮ ਖੋਲਦੇ। ਆਹ ਕਹਿੰਦੇ ਰਹੀ ਆ ਗਿਆ ਨੂਰਪੁਰ ਮੇਰ ਦੀ ਧਰਤੀ ਦਾ, ਲੈ ਵੀ ਨੂਰਪੁਰ ਵਾਲਿਆ ਵੱਡੀ ਮੁਬਾਰਕਬਾਦ ਹੈ। ਔਰ ਕੱਲ ਕਹਿੰਦੇ ਮੇਰੇ ਵੀਰੋ ਵੀ ਇੱਕ ਰੀਝ ਪੁਰਾਣੀ ਮਿੱਤਰਾਂ ਦੀ, ਕੱਲ ਰੀਝ ਲਾਈ ਧਰੋ ਵਾਲਿਆ ਪੂਰੀ ਹੋਈ ਹੈ। ਔਰ ਮੇਰੇ ਵੀਰੋ ਔਰ ਕਹਿੰਦੇ ਜ਼ਿੰਦਗੀ ਦਾ ਪਹਿਲਾ ਮੇਰੇ ਵੀਰੋ ਕਹਿੰਦੇ ਵੀ ਜਿਹੜਾ ਫੋਨ ਟਰੈਕਟਰ ਜਿੱਤਿਆ ਹੈ, ਔਰ ਕਹਿੰਦੇ ਰਵੀ ਹੈ ਨੂਰਪੁਰ ਗੇਟ ਵਾਲਾ ਜਾਂ ਪੈਂਦੀ ਵਾਲਾ, ਇਹ ਨੂਰਪੁਰ ਗੇਟ ਵਾਲਾ ਕਲੋਜ ਫੈਕਟਰ ਆਇਆ ਹੋਇਆ ਹੈ, ਕਲੋਜ ਫੈਕਟਰ ਆਇਆ ਹੋਇਆ ਮੇਰੇ ਵੀਰੋ। ਚਰਚਾ ਜਿਹੜੀ ਵੱਡੀ ਆਏ ਲੰਮੀ ਰੇਦਾਰ ਵੀ ਘੋੜਾ ਮੇਰੇ ਪਿਆ ਵੀ ਵੀਰੋ, ਵਧੀਆ ਵਧੀਆ ਰਾਜਵੀਰ ਬਾਈ ਵਧੀਆ। ਹਾਂ ਮੁੰਡੇ ਦਾ ਹਾਂ ਹਾਂ ਜੋਗਾ ਆਊਗਾ ਪਿੰਦਰ, ਫੇਰ ਭਾਵੇਂ ਪੂਰਾ ਪੰਜਾਬ ਖੇਡਣਾ ਹੋਵੇ, ਹਰਿਆਣਾ ਖੇਡਣਾ ਹੋਵੇ, ਭਾਵੇਂ ਰਾਜਸਥਾਨ, ਉੱਥੇ ਸਾਰੇ ਪੁੱਛਦੇ ਆ ਵੀ ਨੂਰਪੁਰ ਵੇਟ ਵਾਲਾ
ਵਧੀਆ ਵਧੀਆ ਹਰਪ੍ਰੀਤ ਵੀਰੇ ਵਧੀਆ, ਤੁਸੀਂ ਸੁਣਾਓ ਵੀਰੇ ਠੀਕ ਹੋ? ਨਿੱਕੀ ਉਮਰ ਆ ਮੁੰਡੇ ਦੀ ਤੇ ਚਰਚੇ ਕਰਾਉਂਦਾ ਚੁਪਰ ਫਸਲਾ ਪਾਣੀ ਵਾਲਿਆ ਕਿੰਨੇ ਹੋ ਗਏ? 28 ਹੋ ਗਏ, 28 ਸਕੋਰ ਜਿਹੜੇ ਵੱਧ ਚੁੱਕੇ ਆ, 28 ਬਣ ਗਏ ਆਰ ਨੰਬਰਦਾਰ ਕਹਿੰਦੇ ਭਲੇਰਾ ਵਾਲਾ ਆਰ ਕਹਿੰਦੇ ਮੇਰੇ ਵੀਰੋ ਪੁੱਜਿਆ ਹੋਇਆ ਉਧਰੋਂ ਬੜਾ ਧੰਨਵਾਦ ਕਰਦੇ ਆ ਮੇਰੇ ਵੀਰੋ ਫੌਜੀ ਵੀ ਆ ਗਿਆ, ਨੱਤੀਆਂ ਵਾਲਾ ਵੀ ਆ ਗਿਆ, ਗੱਗੂ ਵੀ ਆ ਗਿਆ, ਭਲੇਰਾ ਵਾਲਾ ਵੀ ਆ ਗਿਆ, ਆਹ ਕਹਿੰਦੇ ਸਾਹਿਲ ਵੀ ਆ ਗਿਆ, ਆਰ ਕਹਿੰਦੇ ਚਰਚੇ ਹੁੰਦੇ ਆ ਮੇਰੇ ਮਿੱਤਰ, ਆਹ ਕਹਿੰਦੇ ਸਾਹਿਲ ਵੀ ਆ ਗਿਆ, ਆਰ ਚਰਚੇ ਕਹਿੰਦੇ ਅੱਜ ਸਾਰਾ ਦਿਨ ਹੀ ਹੋ ਰਿਹਾ, ਆਹ ਕਹਿੰਦੇ ਮੈਂ ਸੀਰੀ ਪਤਾ ਨੀ ਵੀਰੇ ਸ਼ਾਇਦ ਕੁਆਟਰ ਤੋਂ ਹੋਊਗੀ, ਆਹ ਮੇਲਾ ਕਹਿੰਦੇ ਗੁਆਂਢ ਬਣਦਾ, ਆਹ ਖੜਕਾ ਦੜਕਾ ਲਾ ਵੀ ਅੱਜ ਧਨੋ ਵਾਲਾ ਫੁੱਲ ਹੋਣਾ, ਆਹ ਖੜਕਾ ਦੜਕਾ ਅੱਜ ਕਹਿੰਦੇ ਫੁੱਲ ਹੋਣਾ, ਵੀਰਾ ਜੀ ਲਾਈਏ ਜਲਦੀ ਨਾਲ ਫੀਲਡ ਸਾਹਮਣੇ ਕਾਲਾ ਆ ਗਿਆ ਮੇਰੇ ਮਿੱਤਰੋ ਫਲੋਲੀ ਦੀ ਧਰਤੀ ਦਾ ਚੁਪਰ ਪਾਲ ਪਾਉਣ ਦੇ ਲਈ ਜਿਹੜਾ ਤਿਆਰ ਵਰ ਪਿਆਰਾ ਹੈ, ਸਾਹਮਣੇ ਲੁਪਿਆਣੇ ਵਾਲਾ ਅੱਤਵਾਦੀ ਕਹਿੰਦੀ ਹੈ ਦੁਨੀਆ ਉਹ ਸਾਹਮਣਾ ਕਰਨ ਦੇ ਲਈ ਤਿਆਰ ਵਰ ਪਿਆਰਾ ਹੈ, ਮੱਥਿਆ ਮੈਂ ਨੀ ਲੋਕੀ ਕਹਿੰਦੇ ਆ ਵੀ ਦੌਰ ਬਦਲ ਗਿਆ ਉਹ ਸਮਾਂ ਬਦਲ ਗਿਆ ਹੋਇਆ ਫਿੱਟ ਮੱਥਿਓ ਉਹ ਕਹਿੰਦਾ ਤੇ ਸਮਾਂ ਵੀ ਆਪਾਂ ਉਹੀ ਰੱਖਣਾ ਹੈ, ਉਹ ਕਹਿੰਦੇ ਮੱਥਾ ਹੈ ਮੱਥਾ ਮੇਰੇ ਵੀਰੋ ਯੂਟਿਊਬ ਤੇ ਚੱਲਦਾ ਗਰਾਊਂਡ ਸਪੋਰਟਸ ਤੇ, ਯੂਟਿਊਬ ਤੇ ਗਰਾਊਂਡ ਸਪੋਰਟਸ ਤੇ ਚੱਲਦਾ ਵੀਰੇ, ਕਿਉਂ ਮਾਰੀ ਜਾਂਦਾ ਇਹਨੂੰ ਵੀਰੂ ਪਾਠ ਆਪ ਲੈ ਕੇ ਆਇਆ ਜਾ ਕੇ ਇਹ ਤਾਂ ਜਿੰਦ ਜਾਨਵਰ ਦਾ ਬਠਾਲਾ ਹੈ, ਬਾਕੀ ਕਹਿੰਦੇ ਇਹ ਵੀ ਅੱਜ ਬਰਿੰਦਰ ਕਹਿੰਦੇ ਟਾਈਮ ਦੇ ਨਾਲ ਹੀ ਪੁੱਜ ਗਏ ਕਹਿੰਦੇ ਮੇਰੇ ਵੀਰੋ ਸਦਾਈ ਦੇ ਕਹਿੰਦੇ ਕ੍ਰਿਕਟ ਦੇ ਕਹਿੰਦੇ ਆਸ਼ਕ ਨੇ ਮੁੰਡੇ ਉਹ ਵੀ ਕਹਿੰਦੇ ਸਮੇਂ ਦੇ ਨਾਲ ਹੀ ਪੁੱਜ ਗਏ ਆਰ ਕਹਿੰਦੇ ਚਰਚਾ ਹੁੰਦੀ ਹੈ ਆਪ ਕਹਿੰਦੇ ਮੇਰੇ ਵੀਰੋ ਬਾਤ ਪਿੰਡ ਵਾਲੇ ਨੇ ਬਾਜੀ ਅੰਪਾਇਰ ਫੈਸਲਾ ਕਰੋ ਜੀ ਅੰਪਾਇਰ ਦੋਨੇ ਟੀਮਾਂ ਜਿਹੜੀਆਂ ਆਪਸ ਚ ਨਹੀਂ ਡਿਸਕਸ ਕਰਨਗੀਆਂ ਫੈਸਲੇ ਤੇ ਅੰਪਾਇਰਾਂ ਦੇ ਮੰਨੇ ਜਾਣੇ ਆ ਫੈਸਲੇ ਤੇ ਅੰਪਾਇਰਾਂ ਦੇ ਮੰਨੇ ਜਾਣੇ ਆ ਜਿਹੜਾ ਕੁਝ ਅੰਪਾਇਰਾਂ ਨੇ ਕਿਹਾ ਉਹ ਮੰਨਣਾ ਪੈਣਾ ਜੇ ਪੱਟੀ ਜੇ ਬਾਲ ਡਿੱਗਦੀ ਹੈ ਤੇ ਬਾਈ ਨਹੀਂ ਮੰਨੀ ਜਾਣੀ ਆ ਜੇ ਅੰਦਰ ਦੀ ਆ ਪੱਟੀ ਦੇ ਡੇਕੇ ਫੇਰ ਨਹੀਂ ਜੇ ਬਾਹਰ ਦੀ ਆ ਜੇ ਥੱਲੇ ਡਿੱਗਦੀ ਆ ਫੇਰ ਨੋ ਦਿੱਤੀ ਜਾਣੀ ਆ ਟੀਮਾਂ ਜਿਹੜੀਆਂ ਧਿਆਨ ਦੇ ਗਈਆਂ ਉਹ ਮੈਂ ਜਿਹੜਾ ਸਿਰੇ ਦਾ ਖੇਡਿਆ ਜਾ ਰਿਹਾ ਚਰਤੇ ਆ ਵੀ ਬਾਣੀ ਵਾਲਿਆ 15 ਫਰਵਰੀ ਵੀ ਕਦੇ ਭੁਲਾਈ ਨਹੀਂ ਜਾ ਸਕਦੀ ਅੱਜ ਦੇ ਦਿਨ ਦੀਪ ਸਿੱਧੂ ਮੇਰੇ ਮਿੱਤਰੋ ਸਾਨੂੰ ਸਦਾ ਲਈ ਵਿਛੋੜੇ ਦੇ ਕੇ ਗਿਆ ਜਿਹੜੇ ਭਰਾ ਨੇ ਕਿਸਾਨ ਮਜ਼ਦੂਰ ਏਕਤਾ ਦੀ ਸਾਂਝੀ ਵਾਰਤਾਲਾਪ ਕੀਤੀ ਹੈ ਤੇ ਚਰਤੇ ਕਰਾਇਆ ਦਿੱਲੀ ਦੇ ਵਿੱਚ ਉਹ ਜਿਹੜਾ ਆਪਣਾ ਸਾਰਾ ਕੁਝ ਛੱਡ ਕੇ ਪੰਜਾਬ ਦੇ ਲੇਖੇ ਜਾਣ ਲੱਗ ਗਿਆ ਉਹ ਵੀਰ ਦੀਆਂ ਵੀ ਯਾਦਾਂ ਨੇ ਜਿਹੜੇ ਅੱਜ ਵੀ ਦੀਪ ਸਿੱਧੂ ਨੂੰ ਮਿਸ ਕਰ ਰਿਹਾ ਹੈ ਪਿਆਰ ਕਰ ਰਿਹਾ ਹੈ ਇੱਕ ਤਾੜੀ ਮਾਰ ਦੋ ਦੀਪ ਸਿੱਧੂ ਦੇ ਨਾਂ ਤੇ ਵੱਡੀ ਸਾਰੀ ਤਾੜੀ ਮਾਰ ਦੋ ਦੀਪ ਸਿੱਧੂ ਦੇ ਨਾਂ ਤੇ ਮੇਰੇ ਵੀਰੋ ਬਾਕੀ ਕਹਿੰਦੇ ਵੱਡੀਆਂ ਕੁਰਬਾਨੀਆਂ ਲੈ ਵੀ ਹੁਣ ਯਾਰ ਦੀਪ
ਨੁੱਕਰ ਤੇ ਦਿੰਦੇ ਨੂੰ ਵੀ ਨੀ ਇਹ ਉਦਨ ਦੇ, ਪਰ ਅੱਜ ਆਪਾਂ ਇਹ ਚ ਦੇਖ ਲੈਂਦੇ ਹਾਂ ਇੱਕ ਵਾਰ ਦਲਵੀਰ, ਕੋਈ ਨੀ ਇਹਨੇ ਕੋਈ ਗੱਲ ਨੀ, ਕਾਲੀ ਨਾ ਕਰ ਕੋਈ ਗੱਲ ਨੀ, ਯੂਟਿਊਬ ਤੇ ਹੀ ਹੈ, ਸਲੋ ਮੋਸ਼ਨ ਲਾ ਕੇ ਚੈੱਕ ਕਰ ਲੈ ਇੱਕ ਵਾਰ, ਕੋਈ ਗੱਲ ਨੀ ਆਪਾਂ ਕਿਉਂ ਵੱਡਾ ਮੈਚ ਆਖਰੀ ਹੈ, ਇਹਦੂ ਬਾਅਦ ਜਿਹੜੇ ਫੈਸਲੇ ਅੰਪਾਇਰਾਂ ਨੇ ਦਿੱਤੇ ਉਹ ਫੈਸਲੇ ਦੋਨਾਂ ਟੀਮਾਂ ਨੂੰ ਮੰਨਣੇ ਪੈਣੇ ਆ। ਇਹ ਟੂਰਨਾਮੈਂਟ ਦੀ ਤੇ ਅੱਜ ਦੇ ਦਿਨ ਦੀ ਪਹਿਲੀ ਤੇ ਆਖਰੀ ਬਾਲ ਜਿਹੜੀ ਚੈੱਕ ਹੋ ਰਹੀ ਹੈ, ਇਹਦੂ ਬਾਅਦ ਕੋਈ ਵੀ ਜਿਹੜੀ ਲਾਈਵ ਦੇ ਵਿੱਚ ਨਹੀਂ ਚੈੱਕ ਕੀਤੀ ਜਾਵੇਗੀ ਬਾਲ। ਠੀਕ ਆ ਦੀਪਾ ਜੀ, ਧਿਆਨ ਦੇਣ ਜੀ, ਦੀਪਾ ਆਇਆ ਹੋਇਆ ਮੇਰੇ ਵੀਰੋ ਚਾਚੇ ਕਹਿੰਦੇ ਹੁੰਦੇ ਆ ਨੂਰਪੁਰ ਬੇਟ ਵਾਲੇ, ਹਾਂ ਮੇਰੇ ਵੀਰੋ ਕਿਤੇ ਕੁਝ ਹੋਇਆ ਸਾਹਮਣੇ ਨੂਰਪੁਰ ਵੇਟ ਵਾਲਾ ਪਿੱਛੇ ਕਰਕੇ ਟੀਮ ਅੱਜ ਪ੍ਰੀ ਕੁਆਟਰ ਖੇਡਦੀ ਆ, ਜਿਹੜੀ ਇਹਨੇ ਪਾਰੀ ਖੇਡੀ ਆ ਨਾ ਉਹ ਦੁਨੀਆਂ ਨੇ ਵੀਡੀਓ ਬਾਹਲੀ ਸ਼ੇਅਰ ਕੀਤੀ ਆ, ਵੀ ਮਾਨਾ ਬਾਹਲੀ ਵੀਡੀਓ ਸ਼ੇਅਰ ਕੀਤੀ ਆ ਦੀਪੇ ਦੀ, ਆਪੇ ਦੇਖ ਲਾ ਯਾਰ ਦਿਨ ਲੱਗੀ ਆ ਦੇ ਦੀ ਨਹੀਂ ਹੈਗੀ ਤੇਰੇ ਰੁਕ ਜਾ ਭਰਾਵਾ, ਰੁਕ ਜਾ ਕੀ ਫੈਸਲੇ ਜੀ ਬਾਈ, ਇੱਕ ਜਣਾ ਖੜ ਜਾ ਕਰੋ ਜੀ, ਕੱਲਾ ਕੈਪਟਨ ਦੇ ਕਰ ਲਿਆ ਕਰੋ ਵੀਰੇ, ਨਹੀਂ ਤੇ ਡਾਕਟਰ ਸਮਝਾਓ ਮਾੜਾ ਜਿਹਾ ਮੁੰਡਿਆਂ ਨੂੰ, ਯਾਰ ਸਮਝਾਓ ਥੋੜਾ ਮੁੰਡਿਆਂ ਨੂੰ, ਨਹੀਂ ਤੇ ਜਿੰਨੀਆਂ ਅੱਖਾਂ ਉਨੀਆਂ ਰਿਹਾ ਹੋ ਜਾਣੀਆਂ ਨੇ, ਫਿਰ ਇੱਕ ਦੋ ਬੰਦੇ ਤਾਂ ਫੈਸਲਾ ਵੀ ਕਰ ਲੈਣਗੇ, ਪਰ ਜੇ ਬਹੁਤੇ ਰਲ ਜਾਣ ਨਾ ਫਿਰ ਤੇ ਹੁੰਦੇ ਫੈਸਲਿਆਂ ਨੂੰ ਵੀ ਵਿਗਾੜ ਦਿੰਦੇ ਆ। ਕਿਹੜਾ ਰਾਜਾ ਕਾਲੇ ਜਿੰਨੇ ਵੀ ਹੋਰ ਉਹ ਜਿਹੜੇ ਆਨੇ ਸਾਰੇ ਵੀਰਾਂ ਦਾ ਕਹਿੰਦੇ ਵੱਡਾ ਧੰਨਵਾਦ ਵੀਰਾਂ ਜੀ, ਕਰੀਏ ਹੁਣ ਮੈਚ ਸ਼ੁਰੂ ਯਾਰ, ਬਹੁਤ ਟਾਈਮ ਲੱਗ ਰਿਹਾ ਮੇਰਾ ਵੀਰ, ਜਲਦੀ ਫੈਸਲਾ ਲਾਓ, ਸਾਹਮਣੇ ਲਾਓ ਜੀ, ਕਿਹੜਾ ਜਲਦੀ ਫੈਸਲੇ ਕੀ ਆ ਜੀ ਫੈਸਲੇ, ਵਾਈਡ ਬਾਲ ਦੇ ਫੈਸਲੇ ਆ, ਬਾਲ ਜਿਹੜੀ ਵਾਈਡ ਬਾਈ ਜੀ, ਦਲਵੀਰ ਦਲਵੀਰ ਵੀਰੇ ਹੁਣ ਲਾਈਵ ਨੀ ਚੈੱਕ ਹੋਊਗਾ, ਫੈਸਲੇ ਤੁਹਾਡੇ ਰਹਿਣੇ ਆ, ਹੁਣ ਲਾਈਵ ਨੀ ਚੈੱਕ ਹੋਊਗਾ, ਦੋਨੇ ਟੀਮਾਂ ਧਿਆਨ ਦੇਣਗੀਆਂ, ਕੋਈ ਵੀ ਕਿੰਤੂ ਪ੍ਰੰਤੂ ਨਹੀਂ ਕਰੇਗਾ ਅੰਪਾਇਰਾਂ ਦੇ ਫੈਸਲਿਆਂ ਦੇ ਵਿੱਚ ਆ, ਉਹ ਬੱਲੇ 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 ਉਸਤਾਦ ਬਣਦਾ ਆਪ ਕਹਿੰਦੇ ਚਰਚੇ ਹੁੰਦੇ ਆ, ਨਾ ਬਾਲ ਕਹਿੰਦੇ ਫੇਰ
ਪਾਮਦਰੀ ਕਹਿੰਦੇ ਖਿਡਾਰੀ ਤਿਆਰ ਹੈ, ਉਧਰ ਕਹਿੰਦੇ ਭਰਾ ਵੀ ਸਾਡੇ ਕਹਿੰਦੇ ਪ੍ਰੇਮ ਬਾਸੜੀ ਵੀ ਪੁੱਜ ਜਾ ਰਿਹਾ ਹੈ। ਇੱਥੇ ਰੱਖੋ ਗੋਪੀ ਡੁੱਡੇ ਦੀ ਤੇ ਅੱਜ ਚੇਪੀ ਕੱਢੇ ਪਿਆ ਹੈ, ਚਰਚਿਆ ਗੋਪੀ ਡੁੱਡੇ ਦੇ ਅੱਜ ਚੇਪੀ ਕੱਢੇ ਪਿਆ ਚੰਦਰੇ ਨੇ, ਪਰ ਸਾਹਮਣੇ ਲੁੱਟਿਆਂ ਵਾਲਾ ਉਹ ਇੱਕ ਤਾੜੀ ਮਾਰਦਾ ਮੱਥੇ ਦੇ ਨਾਲ ਤੇ ਜ਼ੋਰ ਨਾਲ ਯਾਰ ਆਹ ਮੱਥਾ ਕਿਤੇ ਕਮਾਲ ਕਰੀ ਜਾਂਦਾ, ਨਾਲ ਗੋਪੀ ਵਰਗੇ ਭਰਾ ਕਿਤੇ ਪੁੱਜਦੇ ਆ ਰਹੇ ਹੈ ਵੀ ਬਾਣੀ ਵਾਲਿਆ ਜਿੱਦਣ ਦਾ ਆਕਸੀ ਮੇਲਾ ਟੱਪਿਆ ਨਾ ਓਏ ਲੁੱਟਿਆਂ ਵਾਲੇ ਦਾ ਉਦਣ ਦਾ ਕੋਈ ਤੋੜ ਨੀ, ਕਲਿਆਣ ਦੇ ਵਿੱਚ ਤੇ ਇੱਕ ਹੱਥ ਨਾਲ ਹੀ ਮੁੰਡੇ ਨੇ ਛੱਕੇ ਮਾਰੇ ਆ, ਭਾਵੇਂ ਥੋੜਾ ਜਿਹਾ ਹੱਥ ਦੇ ਵਿੱਚ ਪੇਨ ਆ, ਪਰ ਲੁੱਟਿਆਂ ਵਾਲਾ ਕਹਿੰਦਾ ਜਿੱਦਣ ਦਾ ਹੱਥ ਦੇ ਵਿੱਚ ਥੋੜਾ ਜਿਹਾ ਦਰਦ ਹੋਣ ਲੱਗਿਆ ਨਾ ਉਦਣ ਦੀ ਬੈਟਿੰਗ ਬਾਲੀ ਤਗੜੀ ਹੁੰਦੀ ਹੈ। ਓਏ ਚਰਚਿਆ ਪੈਂਦੀ ਬਾਲ ਹੋ ਜਾ ਫਿੱਟ ਕਾਲਿਆ, ਹੇ ਪੱਲੇ 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 ਮੱਥਾ ਤੇ ਮੱਥਾ ਹੀ ਆ, ਓਏ ਕਿਨੂੰ ਕਿਨੂੰ ਦੁੱਖ ਸਾਡੀ ਬੱਲੇ ਬੱਲੇ ਦਾ, ਓਏ ਕਰਨਾ ਇੰਜਣ ਅੱਜ ਕੱਲੇ ਕੱਲੇ ਦਾ, ਆਓ ਕਰਨਾ ਇੰਜਣ ਅੱਜ ਕੱਲੇ ਕੱਲੇ ਦਾ, ਆਓ ਬਾਕੀ ਕਹਿੰਦੇ ਮੱਥਾ ਧੁੱਕੀ ਗੱਡੀ ਆਉਂਦਾ ਲਾ ਵੀ ਹਰੋਲੀ ਵਾਲਿਆ, ਏਦਾਂ ਨੀ ਏਦਾਂ ਨੀ ਗੱਲ ਬਣਦੇ, ਆ ਬਾਲਾਂ ਤੇ ਸਿਰੇ ਦੀਆਂ ਲਾ ਵੀ ਕਾਲੀਆਂ ਪਾਉਣੀਆਂ ਪੈਣੀਆਂ, ਹੋਰ ਬਾਲਾਂ ਤੇ ਚੋਟੀ ਵੀ ਪਾਉਣੀਆਂ ਪੈਣੀਆਂ ਸੋਹਣਿਆ ਵੀਰਾ, ਪੈ ਗਈ ਬਾਲ ਵਾਹ ਹੋਏ ਸੋਹਣਿਆ, ਬਾਲ ਜਿਹੜੀ ਸਿਰੇ ਦੀ ਪਾਸੀ ਕੀਤੀ ਆ ਮੁੰਡੇ ਨੇ, ਬਾਲ ਜਿਹੜੀ ਟੌਟ ਹੋ ਗਈ ਆ ਮੇਰੇ ਵੀਰੋ, ਬਾਲ ਜਿਹੜੀ ਚੋਟੀ ਦੀ ਗੱਭਰੂ ਨੇ ਮੇਰੇ ਵੀਰੋ ਪਾ ਦਿੱਤੀ ਹੈ। ਢੱਡਿਆਂ ਦੀ ਟੀਮ ਵੀ ਜਿਹੜੇ ਮਰੇਲਕੋਟਲੇ ਦੀ ਮੰਨੀ ਪਰਮੰਨੀ ਟੀਮ ਹੈ, ਨਰੋਲ ਦੇ ਲਗਭਗ 90% ਮੇਲੇ ਜਿੱਤਦੇ ਹੈ ਤੇ ਜ਼ਿਆਦਾਤਰ ਨਰੋਲ ਖੇਡਣਾ ਪਸੰਦ ਕਰ ਰਿਹਾ ਮੁੰਡੇ, ਪਰ ਜਿਹੜਾ ਸਾਹਮਣੇ ਆਉਣਾ ਉਹ ਇੱਦਾਂ ਹੀ ਕਰਨਾ, ਇਹ ਕਲਪਾਂ ਚ ਵੀ ਖੱਜਲ ਕਰਨਾ, ਇਹ ਕਲਾਰੇ ਚ ਵੀ ਖੱਜਲ ਕਰਨਾ ਤੇ ਦੋ ਵਾਰ ਚ ਵੀ, ਆਹ ਕਹਿੰਦੇ ਮੇਰੇ ਵੀਰੋ ਕਹਿੰਦੇ ਔਖਾ ਹੀ ਕਰਦਾ ਕੁੱਲ ਬਣਾ ਕੇ ਕਹਿੰਦੇ ਵੀ ਮੱਥਾ ਦੇ ਅੱਜ ਕੱਲ ਆਹ ਬਾਲਰਾਂ ਦਾ ਇੰਜੜ ਕਰਦਾ ਇੰਜੜ ਕਰਦਾ। ਉਹ 3 ਓਵਰ ਤੇ 59 ਬਣ ਗਏ, ਇੱਕ ਘੱਟ ਫਰਕ ਹੋ ਗਏ ਹੈ, 3 ਓਵਰ 59 ਜਿਹੜੇ ਸਕੋਰ ਬਣ ਗਏ ਹੈ, 3 ਓਵਰ 59 ਸਕੋਰ ਜਿਹੜੇ ਬਣ ਗਏ ਹੈ। 4th ਓਵਰ ਦੀ ਸ਼ੁਰੂਆਤ ਹੈ, ਕਿਹੜੇ ਮੁੰਡੇ ਨੇ ਬਾਲਾਂ ਪਾਉਣੀਆਂ, ਚਰਚਾ ਵੱਡੀ ਛੜਨੀ ਹੈ, ਸਾਹਮਣੇ ਕਲੋਜ ਫਾਈਟਰ ਹੈ, ਕੱਲ 4 ਜਿੱਤੇ ਹੈ, ਉਹ 2 ਗੱਡੀਆਂ ਵੀ ਜਿੱਤੀਆਂ ਤੇ 18 ਮੋਟਰਸਾਈਕਲ, ਆਹ ਮੁੰਡੇ ਦੇ ਹਿੱਸੇ ਆਏ ਹੈ। ਗਰਾਊਂਡ ਸਪੋਰਟਸ ਯੂਟਿਊਬ ਦੋਵਾਂ ਦੀ ਚੱਲਦਾ ਮੇਰੇ ਵੀਰੋ, ਸੰਜੂ ਕਹਿੰਦੇ ਤਿਆਰ ਬਰ ਤਿਆਰ ਹੈ, ਬਾਹਰ ਕਹਿੰਦੇ ਖੇਡਦੇ ਮੈਦਾਨ ਦੇ ਵਿੱਚ ਮੇਰੇ ਵੀਰੋ, ਬਾਲ ਕਹਿੰਦੇ ਪਾਉਣ ਦੇ ਲਈ ਬਾਹਰ, ਮੁੰਡਾ ਕਹਿੰਦੇ ਸਰੀਰ ਦੀਆਂ ਬਾਲਾਂ, ਪਰ ਫੈਸਲੇ ਕਹਿੰਦੇ ਤੋਈ ਪੈਣ ਵਾਲੇ, ਔਰ ਦਲਵੀਰ ਨੇ ਕਰ ਦੱਸਿਆ ਵੀ ਬਾਲ ਆਰ ਕੋਲੇ ਜਿਹੜੀ ਬਾਈਡ ਹੋ ਗਈ ਹੈ, ਬਾਲ ਪਾਉਣ ਦੇ ਲਈ ਮੁੰਡਾ ਕਹਿੰਦੇ ਫੇਰ ਆਹ ਕਹਿੰਦੇ ਤੁਹਾਡੇ ਵਾਲੇ ਦੀ ਧਰਤੀ ਦਾ ਕਹਿੰਦੇ ਤਿਆਰ ਬਰ ਤਿਆਰ ਹੈ, ਹੋਏ ਸਾਹਮਣੇ ਬਾਲ ਪਾਉਣ ਦੇ ਲਈ ਫੇਰ ਮੁੰਡਾ ਤਿਆਰ ਬਰ ਤਿਆਰ, ਤੀਜਾ ਬੱਲੇਬਾਜ਼ ਮੈਚ ਨਾ ਰੋਕੀ ਆਪਾਂ, ਤੀਜਾ ਬੱਲੇਬਾਜ਼ ਬਾਲ ਕਰ ਲੇਗਾ, ਹੋਏ ਸੰਜੂ ਦੀਆਂ ਬਾਲਾਂ ਪੈਂਦੀਆਂ, ਢੱਡਿਆਂ ਦਾ ਪਿੰਡ ਹੈ ਮੁੰਡੇ ਦਾ, ਮੁੰਡੇ ਖਾਨਾ ਦੇ ਖੇਡਦੇ ਆ, ਕਿ ਅੱਲਾ ਹੂ ਦਾ ਵਾਜਾ ਆਵੇ ਕੁੱਲੀ ਨੀ ਫਕੀਰ ਦੀ ਵਿੱਚੋਂ, ਤੇ ਕੁੱਲੀ ਰਾਹ ਵਿੱਚ ਪਾਈ ਅਸਾਂ ਤੇਰੇ, ਕੀ ਆਉਂਦਾ ਜਾਂਦਾ ਟੱਕਦਾ ਰਹੀ, ਹੋ ਬੱਲੇ 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 ਰਵੀ 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 ਨੂਰ ਪਰ ਬੇਟ ਵਾਲਾ, ਆਹ ਕਹਿੰਦੇ ਰਵੀ ਅੱਜ ਤੇ ਕਿਵੇਂ ਆਈ ਤਿਆ ਹੋਇਆ, ਮੁੰਡੇ ਨੇ ਕਹਿੰਦੇ ਕੱਲ ਵੀ ਮੇਰੇ ਮਿੱਤਰ ਸੁਰਾ ਲਾਇਆ ਤੇ ਕਹਿੰਦੇ ਫੋਰ ਟਰੈਕਟਰ ਦਿੱਤਿਆ ਵੀ ਵਿੱਚ ਪਿੜਾਣਾ ਹੋਰ ਫੈਸਲੇ, ਲਾਗਦਾਰ ਤੇ ਚੀਕਾਂ ਦੇ ਵੀ ਪੁੱਤ ਜੱਟਾਂ ਦੇ ਸ਼ੌਕੀ ਹੁੰਦੇ, ਹੋਰ ਬੁਲਟ ਤੇ ਲੱਡੀਆਂ ਜੀਤਾਂ ਨੇ
ਵੀ ਫੋੜ ਬੁਲਟ ਤੇ ਵੱਡੀਆਂ ਜੀਤਾਂ ਦੇ ਬਾਕੀ ਗੱਲ ਫੋੜ ਜਿੱਤੇ ਸਿਆੜ ਦੇ ਵਿੱਚ ਵੀਰੇ ਇੱਕ ਤਾਂ ਰਮਨ ਮੁੰਡੀਆਂ ਦੂਸਰਾ ਸ਼ਾਇਦ ਗੋਪੀ ਮਾਂਡਾ ਵੀਰੇ ਭਗਵੰਤ ਵੀਰੇ ਮਾਪਿਆਂ ਦਾ ਜਗਜੀਤ ਸਿੰਘ ਔਲਖ ਸਾਹਮਣਾ ਕਰਦੇ ਨੇ ਜਿਹੜਾ ਤਿਆਰ ਵਰ ਤਿਆਰ ਹੈ ਗੱਲਾਂ ਟਿਕਾਣੇ ਹੁਣ ਲੱਗਣੀਆਂ ਓਏ ਮੇਰੇ ਮਿੱਤਰੋ ਚਰਚੇ ਤੇ ਹੁਣ ਆਉਣੇ ਆ ਟੱਕਰ ਫਿਰੇ ਦੀ ਹੈ ਸੰਜੂ ਦੀਆਂ ਬਾਲਾਂ ਪੈਂਦੀਆਂ ਲੁਧਿਆਣੇ ਵਾਲਿਆ ਛੇ ਓਵਰਾਂ ਚ 120 ਵੀ ਮੁੰਡੇ ਚੇਸ ਕਰਨਗੇ ਤੈਨੂੰ ਦੱਸਦੀ ਛੇ ਓਵਰਾਂ ਚ 120 ਵੀ ਚੇਸ ਕਰਨਗੇ ਮੁੰਡੇ ਪਰ ਉਹ ਸਾਹਮਣੇ ਲੁਧਿਆਣੇ ਵਾਲਾ ਉਹ ਮੁੰਡਾ ਕਮਾਲ ਕਰੀ ਤੁਰ ਆਉਂਦਾ ਉਹ ਵੀਰੂ ਕਿਵੇਂ ਲੱਗ ਗਿਆ ਖੇਡ ਤਾੜੀ ਮਾਰ ਜ਼ੋਰ ਨਾਲ ਅੱਗ ਦੇ ਕਮਾਲ ਹੋ ਗਈ ਮੇਰੇ ਵੀਰੋ ਕਮਾਲ ਹੋ ਗਈ ਹੈ ਔਰ ਮੁੰਡਾ ਕਹਿੰਦੇ ਛੱਕੇ ਦੇ ਛੱਕਾ ਥਾਂ ਛੱਕਾ ਵੱਜਦਾ ਹੈ ਆਓ ਛੱਕੇ ਤੇ ਛੱਕਾ ਕਹਿੰਦੇ ਥਾਂ ਛੱਕਾ ਵੱਜਦਾ ਹੈ ਤਾਰੇ ਦਾ ਦੋਨਾਂ ਦੇ ਵਿੱਚ ਇੱਕ ਤੇ ਮੋੜਨਾ ਪੈਣਾ ਔਰ ਦੋਨਾਂ ਦੇ ਵਿੱਚੋਂ ਇੱਕ 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 ਤੇ ਮੋੜਨਾ ਪੈਣਾ ਹੈ ਔਰ ਰਵੀ ਕਹਿੰਦੇ ਨੂਰਪੁਰ ਬੇਟ ਦਾ ਆ ਗਿਆ ਆਓ ਕਹਿੰਦੇ ਮੇਰੇ ਮਿੱਤਰੋ ਖੇਡ ਦੇ ਮੈਦਾਨ ਨੂੰ ਵਿੱਚ ਹੈ ਪੈਂਦੀਆਂ ਕਹਿੰਦੇ ਬਾਲਾਂ ਨੂੰ ਸਾਹਮਣਾ ਕਰਨਲੀ ਕਹਿੰਦੇ ਮੇਰੇ ਮਿੱਤਰੋ ਔਰ ਦੂਜੇ ਪਾਸੇ ਕਹਿੰਦੇ ਢਾਡੇ ਮਾਰਾ ਪਿੰਡ ਹੈ ਕਹਿੰਦੇ ਮੁੰਡਿਆਂ ਦਾ ਔਰ ਕਹਿੰਦੇ ਮਲੇਰਕੋਟਲੇਨ ਕਹਿੰਦੇ ਮੇਰੇ ਵੀਰੋ ਲੱਕ ਦੀ ਟੀਮ ਹੈ ਔਰ ਚਰਤੇ ਕਹਿੰਦੇ ਚੜਾਈ ਵੱਡੀ ਹੈ ਹਾਂਜੀ ਹਾਂਜੀ ਵੀਰੇ ਹਾਂਜੀ ਸਹੀ ਗੱਲ ਹੈ ਰਵੀ ਕਹਿੰਦੇ ਨੂਰ ਮੈਚ ਆ ਸਿਆੜ ਦਾ ਰਵੀ ਨੂਰ ਹੋ ਬੱਲੇ ਬੱਲੇ ਇਹ ਕੱਲ ਨਵਾਂ ਨਵਾਂ ਫੋੜ ਜਿੱਤ ਕੇ ਆਇਆ ਮੁਲਖੋ ਮੰਗਾ ਲਾ ਹੋਰ ਜਿੱਥੇ ਮਰਜ਼ੀ ਰੱਖ ਇਹਨੂੰ ਬਾਹਲੇ ਰੱਖ ਜਿੱਥੇ ਮਰਜ਼ੀ ਰੱਖ ਇਹਨੂੰ ਬਾਹਲੇ ਰੱਖ ਔਰ ਸਾਹਮਣੇ ਕਮਾਲ ਜਿਹੜੀ ਹੋ ਗਈ ਹੈ ਸੰਜੂ ਇੱਕ ਹੋਰ ਵੱਜੂ ਉਹਦੇ ਪਾਸ ਕੇ ਸਿੱਟੀ ਢੱਟਿਆ ਰਿਹਾ ਰਿਹਾ ਪੈਂਦੀ ਬਾਲ ਉਹ ਬੱਲੇ 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 ਲਾ ਸਾਹਮਣੇ ਮਿਸਫੀਲਡ ਰਨਕ ਦੇ ਸਿੰਗਲ ਦੇ ਬਾਂਧੇ ਜਿਹੜੇ ਹੋ ਚੁੱਕੇ ਆ ਮੇਰੇ ਵੀਰ ਆਹ ਕਿੰਨੇ ਸਿੰਗਲ ਸਕੂਲ ਦੇ ਵੱਧ ਓਵਰ ਸਮਾਪਤ ਕਿੰਨੇ ਬਣ ਗਏ ਜੀ ਬਹੁਤ ਹਾਸਿਆਂ ਖੇਡੇ ਹੋ ਗਏ ਪਹਿਲੇ ਦੋ ਤਿੰਨ ਦਿਨ ਅੱਜ ਗੱਲਾਂ ਮੈਚਾਂ ਦੀਆਂ ਹੋਣਗੀਆਂ 81 ਹੋ ਗਏ ਚਾਰ ਓਵਰ 81 ਬਣ ਗਏ 80 ਬਣ ਗਏ 81 ਵਧੀਆ ਵਧੀਆ ਸੁਖਵਿੰਦਰ ਭਾਈ ਵਧੀਆ ਮੇਰੇ ਵੀਰੋ ਚਾਰ ਓਵਰ 81 ਲੈ ਵੀ ਮਨ ਆ ਤੂੰ ਵੀ ਅੱਜ ਕੱਲ ਬੜਾ ਹੱਸਦਾ ਹੈ ਬਾਕੀ ਮੇਰੇ ਵੀਰੋ ਚਰਚੇ ਕਿਹੜੇ ਵੱਡੇ ਹੁੰਦੇ ਆ ਰਾਮ ਸਾਹਮਣੇ ਕਹਿੰਦੇ ਮੈਂ ਜੋ ਸਿਰੇ ਦਾ ਆਹ ਕਹਿੰਦੇ ਚੋਟੀ ਦਾ ਖੇਡੇ ਆ ਰਹੇ ਹੈ ਔਰ ਗੱਲਾਂ ਬਾਤਾਂ ਆਹ ਕਹਿੰਦੇ ਵੱਡੀਆਂ ਨੇ ਗੱਲਾਂ ਬਾਤਾਂ ਔਰ ਮੇਰੇ ਵੀਰੋ ਕਹਿੰਦੇ ਜਿਹੜੀਆਂ ਟਿਕਾਣੇ ਲੱਗੀ ਹੋਈ ਹੈ ਬਾਲ ਕਹਿੰਦੇ ਪਾਉਣ ਦੇ ਲਈ ਖੇਡਦੇ ਮੈਦਾਨ ਦੇ ਵਿੱਚ ਮੁੰਡਾ ਕਹਿੰਦੇ ਤਿਆਰ ਵਰ ਤਿਆਰ ਲੈ ਵੀ ਤੁਹਾਨੂੰ ਮਾਰਿਆ ਕੀ ਨਾਮ ਹੈ ਮੁੰਡੇ ਦਾ ਓਏ ਮਾਨੀ ਆ ਗਿਆ ਮੁੰਡਾ ਬਾਲ ਪਾਉਣ ਦੇ ਲਈ ਮੇਰੇ ਵੀਰੋ ਜਿਹੜਾ ਤਿਆਰ ਵਰ ਤਿਆਰ ਹੈ ਮਾਨੀ ਦੀਆਂ ਬਾਲਾਂ ਪੈਣੀਆਂ ਉਹ ਜੱਸਾ ਜੋਧਾ ਵਾਲਾ ਜੁੜ ਗਿਆ ਉਹ ਪੰਗੋ ਤਰਾ ਯਾਰ ਉਹ ਬੱਲੇ ਬੱਲੇ ਕਹਿੰਦਾ ਬੌਂਗਣ ਨੂੰ ਕਹਿੰਦੇ ਵੀ ਕੁਝ ਕਰ ਲਾ ਓਏ ਬੌਂਗਣ ਦਾ ਭੰਨੀ ਨਹੀਂ ਫੜੀ ਅੱਜ ਆ ਗਿਆ ਇਹਦੇ ਸਾਰੀ ਡਬਾ ਗੜੀਆਂ ਏਦਾਂ ਦੀਆਂ ਤੇ ਜੱਸਾ ਜੋਧਾ ਕਹਿੰਦਾ ਬੌਂਗਣ ਨੂੰ ਕਹਿੰਦੇ ਓਏ ਸੁਨੇਹਾ ਲਾ ਦੇ ਕਹਿੰਦਾ ਸਾਰੀ ਡਬਾ ਗੜੀਆਂ ਇਹ ਰਵੀ ਇਹ ਕਹਿੰਦੇ ਜੱਸਾ ਜੋਧਾ ਦਾ ਯਾਰ ਜੁੜ ਗਿਆ ਕ੍ਰੀਟ ਵਾਲਾ ਬੱਲਾ ਜਿਹੜੀਆਂ ਪੌਂਦੀਆਂ ਕਰ ਰਹੀ ਹੈ ਗਰਾਊਂਡ ਦੇ ਵਿੱਚ ਔਰ ਚਰਤੇ ਵੱਡੇ ਆ ਬਾਲ ਫੇਰ ਜਿਹੜੀ ਪਾਇੰਟ ਹੋ ਗਈ ਆ ਬਾਲ ਫੇਰ ਜਿਹੜੀ ਪਾਇੰਟ ਹੋ ਗਈ ਆ ਮੇਰੇ ਵੀਰੇ ਓਏ ਗੱਲਾਂ ਟਿਕਾਣੇ ਪ੍ਰੀ ਕੁਆਟਰ ਦੀਆਂ ਏਦੋਂ ਬਾਅਦ ਕੁਆਟਰ ਫੇਰ ਸੈਮੀ ਫੇਰ ਪਤਾ ਲੱਗਣਾ ਵੀ 51,000 ਕਿਹਦੇ ਹਿੱਸੇ ਆਉਂਦਾ ਹੈ ਫੇਰ ਪਤਾ ਲੱਗਣਾ ਵੀ 31,000 ਓਏ 81,100 ਕੌਣ ਜਿੱਤਦਾ ਹੈ ਗੋਪੀ ਆਹ ਬਾਲਾਂ ਕਰਵਾ ਲਓ ਪੱਠੀਆਂ ਜਿਹੜੀਆਂ ਇੱਧਰ ਪਈਆਂ ਨੇ
ਬਾਲਾ ਕੱਢੀਆਂ ਕਰ ਲੋ ਸਾਰੀ ਲਾਭ ਸਾਹਮਣੇ ਮੇਰੇ ਵੀਰੋ ਚੱਲਦੇ ਮੈਚ ਨਾਲ ਜੁੜ ਜਾ ਕਿਤੇ ਬਾਲ ਪਾਉਣ ਦੇ ਲਈ ਖਿਡਾਰੀ ਫਿਰ ਧਿਆਨ ਵਰਤੇ ਆ ਰਿਹਾ ਪੈਂਦੀ ਸੀ ਬਾਲ ਦੇ ਫੈਸਲੇ ਕਿਤੇ ਡਾਇਡ ਬਾਲ ਦੇ ਜਿਹੜੇ ਹੋ ਚੁੱਕੇ ਆ ਉਹ ਫੈਸਲੇ ਜਿਹੜੇ ਪੈਂਡ ਬਾਲ ਦੇ ਹੋ ਗਏ ਵੀ ਮਾਨੀ ਤਗੜਾ ਹੋ ਜਾ ਵੀ ਰਿਹਾ ਓਏ ਦਲੇਰ ਹੋ ਕੇ ਬਾਲ ਅਗਲਾ ਮੈਚ ਹੈਗਾ ਵੀਰੇ ਧੁੱਪ ਤੇ ਸਿਆੜ ਦਾ ਗੱਲ ਟਿਕਾਈ ਲੱਗਣੀ ਆ ਚੋਟੀ ਦੀਆਂ ਬਾਲਾਂ ਜਿਹੜੀਆਂ ਪਾਉਣੀਆਂ ਪੈਣੀਆਂ ਵੀ ਰਿਹਾ ਬਾਲ ਪਾਉਣ ਲਈ ਮਾਨੀ ਮੇਰੇ ਵੀਰੇ ਢੱਡਿਆਰੇ ਪਿੰਡ ਵਾਲਾ ਤਿਆਰ ਵਰਤਿਆ ਹੋ ਰਿਹਾ ਹੈ ਸਾਹਮਣੇ ਕਲੋਜ਼ ਫਾਈਟਰ ਕਲੋਜ਼ ਫਾਈਟਰ ਮੇਰੇ ਵੀਰੋ ਰਵੀ ਕਹਿੰਦੇ ਨੂਰਪੁਰ ਗੇਟ ਵਾਲਾ ਪੈਂਦੀਆਂ ਕਹਿੰਦੇ ਬਾਲਾਂ ਨਾ ਮੇਰੇ ਮਿੱਤਰੋ ਆਹ ਮੁੰਡਾ ਕਹਿੰਦੇ ਸਾਹਮਣਾ ਆਹ ਟਾਰਗੇਟ ਇੱਕ ਗੱਲ ਪੱਕੇ ਲੈ ਵੀ ਢੱਡਿਆਰੇ ਵਾਲੇ ਵੀ ਵੱਡਾ ਸੱਟੇ ਜਾਣਾ ਜਿਹੜੇ ਹਿਸਾਬ ਦੇ ਨਾਲ ਬਾਲਾਂ ਪੈਂਦੀਆਂ ਜਿਹੜੇ ਹਿਸਾਬ ਦੇ ਨਾਲ ਰਵੀ 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 ਵੀਰੇ ਯੂਟਿਊਬ ਤੇ ਗਰਾਊਂਡ ਸਪੋਰਟਸ ਤੇ ਚੱਲਦਾ ਗਰਾਊਂਡ ਸਪੋਰਟਸ ਗਰਾਊਂਡ ਸਪੋਰਟਸ ਯੂਟਿਊਬ ਤੇ ਕੋਸਕੋ ਮੇਰੀ ਜਿੰਦ ਬੱਲੇ 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 ਧੁੰਮਾ ਭਾਜੀ ਵੀ ਦੇਖੀ ਜਾਂਦਾ ਵੀ ਬਾਲਰਾਂ ਦਾ ਬੜੀ ਤੇ ਬੜੀ ਕੀ ਜਾਂਦਾ ਕੁੱਪ ਚ ਵੀਰੇ ਹੈਗੇ ਨੇ ਪ੍ਰਵੀਨ ਰੈਂਥਲ ਤੇ ਬਿਜਲੀ ਬਠਿੰਡਾ ਬਾਲ ਮੇਰੇ ਮਿੱਤਰ ਕਹਿੰਦੇ ਜਿਹੜੀ ਟਿਕਾਣੇ ਦੀ ਮੁੰਡੇ ਦੀ ਪਾਲ ਹੁੰਦੀ ਹੈ ਬਾਲ ਕਹਿੰਦੇ ਬਾਲ ਜਿਹੜੀ ਕਹਿੰਦੇ ਪਾਲ ਹੁੰਦੀ ਹੈ ਬਾਲ ਪਾਉਣ ਦੇ ਲਈ ਮੁੰਡਾ ਤਿਆਰ ਹੈ ਲੈ ਵੀ ਨੂੰ ਤੁਰ ਬੇੜ ਵਾਲੇ ਹੁਣ ਟਪਾਉੜੀਆਂ ਪੈੜੀਆਂ ਆਹ ਬਾਲਾਂ ਕਹਿੰਦੇ ਹੋ ਚੁੱਕੇ ਆ ਸਾਹਮਣੇ ਮੁੰਡੇ ਨੇ ਕਮਾਲ ਜਿਹੜੀ ਕਰ ਦਿੱਤੀ ਆ ਮੇਰੇ ਵੀਰੋ ਚਰਚਾ ਜਿਹੜੀ ਵੱਡੀ ਕਰਵਾ ਦਿੱਤੀ ਆ ਮਾਨੀ ਦੀ ਬਾਲ ਪੈਂਦੀ ਆ ਸਾਹਮਣੇ ਰਵੀ 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 ਹੋਰ ਰਵੀ 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 ਹੋਈ ਪਈ ਆ ਪਰ ਬਾਲ ਜਿਹੜੀ ਨੋ ਹੈ ਤੇਰੇ ਮਾਣ ਕਰਿਆ ਪਿੰਡ ਵਾਲਿਆਂ ਨੇ ਪੈਗੀ ਬਾਲ ਹਾਏ ਉਹ ਮੇਰਿਆ ਰੱਬਾ ਦੇਸੀ ਇੰਜਣ ਬਲੈਤੀ ਡੱਬਾ ਓਏ ਗੱਡੀ ਆਊਟਲੈਂਡ ਤੇ ਚੜ ਗਈ ਬਾਣੀ ਵਾਲਿਆ ਗੱਡੀ ਆਊਟਲੈਂਡ ਤੇ ਚੜ ਗਈ ਕਿੰਨੇ ਹੋ ਗਏ ਪੰਜ ਓਵਰਾਂ ਤੋਂ ਬਾਅਦ 115 ਜਿਹੜੇ ਬਣ ਚੁੱਕੇ ਆ ਹਰ ਚਲਦੇ ਗਏ ਮੈਚ ਦੇ ਹਲੇ 6 ਬਾਲਾਂ ਜਿਹੜੀਆਂ ਬਾਕੀ ਨੇ ਆਹ 6 ਬਾਲਾਂ ਜਿਹੜੀਆਂ ਬਾਕੀ ਨੇ ਸਾਹਮਣੇ 115 ਸਕੋਰ ਜਿਹੜੇ ਹੋ ਗਏ ਆ 115 ਸਕੋਰ ਜਿਹੜੇ ਬਣ ਗਏ ਆ ਰਿਸ਼ੀ ਕੀ ਕਹੀ ਜਾਂਦਾ ਤੈਨੂੰ ਰਿਸ਼ੀ ਤੋਰੀ ਕੀ ਕਹਿੰਦਾ ਕਮੈਂਟ ਭੇਜਿਆ ਰਿਸ਼ੀ ਨੇ ਉਹ ਦੇਖ ਪੜ੍ਹ ਕੇ ਨਾ ਓਏ ਮੈਂ ਕਿਹੜਾ ਖੋਕੇ ਹਾਲ ਦੱਸਦਾ
ਮੈਨੂੰ ਕਹਿੰਦੀ ਗਈ ਇਹਨਾਂ ਮੱਥਾ ਕੈੜਾ ਤੈਨੂੰ ਹੁਣ ਨੀ ਅੜੀ ਸਾਹਮਣੇ ਡਾਕਟਰ ਦੀਆਂ ਵੱਲਾਂ ਪੈਂਦੀਆਂ ਮੇਰੇ ਮਿੱਤਰ ਤੈਨੂੰ ਮੌਕਾ ਨਹੀਂ ਮਿਲਣਾ ਓਪਨਰ ਦਾ ਬਾਲ ਪਾਉਣ ਦੇ ਲਈ ਜਿਹੜਾ ਫੇਰ ਤਿਆਰ ਬਣ ਤਿਆਰ ਹੈ ਡਾਕਟਰਾਂ ਬੰਦਾ ਨੇ ਪਟਿਆਲੇ ਦੀ ਧਰਤੀ ਦਾ ਮੇਰੇ ਪੰਜਾਬੀ ਵੀਰੋ ਬਾਲ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਪੈਂਦੀ ਬਾਲ ਓ ਬੱਲੇ 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 ਆ ਬੱਲੇ ਬੱਲੇ ਮੇਰੇ ਮਿੱਤਰੋ ਜਿਹੜੇ ਸੀ ਪਈ ਹੈ ਆ ਮੱਥਾ ਕਹਿੰਦੇ ਲੁਧਿਆਣੇ ਦਾ ਬਾਲਾਂ ਦਾ ਕਦੇ ਸਾਹਮਣਾ ਕਰ ਰਿਹਾ ਹੈ ਆ ਕਦੇ ਡੁਗਰੀ ਦਾ ਮੇਰੇ ਵੀਰੋ ਹੋਏ 15 ਬਾਲਾਂ ਲੁਧਿਆਣੇ ਵਾਲਾ ਲੁਧਿਆਣੇ ਵਾਲਾ ਲੁਧਿਆਣੇ ਵਾਲਾ ਓਏ ਥਾੜ ਥਾੜ ਹੋਈ ਜਾਂਦੀ ਆ ਦੀਪਿਆ ਥਾੜ ਥਾੜ ਹੋਈ ਜਾਂਦੀ ਆ ਦੀਪਿਆ ਚਰਕੇ ਜਿਹੜੇ ਵੱਡੇ ਕਰਾਤੇ ਆ ਮੁੰਡੇ ਨੇ ਆਗ ਲਾਣੀ ਕਰਨੀ ਬੰਕੂ ਕਹਿੰਦਾ ਚੌਥਾ 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 ਓਏ ਮੱਥਾ ਧੁਨੇ ਨੂੰ ਕਹਿੰਦੇ ਵੀ ਤਗੜਾ ਹੋਣਾ ਪੈਣਾ ਧੁਨਿਆ ਕਹਿੰਦੇ ਦੁਨੀਆਂ ਦਾ ਚਹੇਤਾ ਮੇਰੇ ਵੀਰੋ ਕਹਿੰਦੇ ਧੂਰੀ ਵਾਲਾ ਕਹਿੰਦੇ ਰਿਸ਼ੀ ਦੀ ਲਾਈਵ ਜੁੜ ਗਿਆ ਮੇਰੇ ਮਿੱਤਰ ਓ ਪੰਜ ਛੱਕੇ ਲਗਾਤਾਰ ਵੱਜ ਗਏ ਦਰਸ਼ਕ ਵੀਰੋ ਮਾਰ ਰਹੇ ਤਾੜੀਆਂ ਜ਼ੋਰ ਨਾਲ ਉਧਰੋ 1100 ਰੁਪਈਆ ਮੇਰੇ ਵੀਰੋ ਪ੍ਰੇਮ 2600 ਭਰਾ ਨਾਲ ਮੋਟਾ ਕਹਿੰਦੇ ਮੇਰੇ ਵੀਰੋ ਹੰਗਰੀਨਾ ਵੀਰਾਂ ਨੇ ਬੋਲੋ ਕਹਿੰਦੇ ਮੱਥੇ ਦੇ ਲਈ 1100 6 ਮਾਰਤੇ ਬਾਈ ਮੱਥੇ ਦੇ ਯਾਰ ਇਹਨੂੰ ਭੇਜ ਜਾ ਕੇ ਤੂੰ ਕਮੈਂਟ ਦੇਖ ਪੜ ਕੇ ਕਮੈਂਟ ਪੜ ਕੇ ਪੈਸੇ ਨਾਲ ਦੀ ਵਾਰੀ ਜਿਹੜੇ ਕਰਦੇ ਨੇ ਪੰਮਾ ਵਾੜ ਤੇ ਵੀਰੂ ਵਾੜ ਵੱਲੋਂ ਵੀ 500 ਰੁਪਏ ਦਾ ਮੱਥੇ ਤੱਕ ਪਾਉਂਦਾ ਹੋ ਗਿਆ ਧੰਨਵਾਦ ਹਾਂ ਕਹਿੰਦੇ ਮੇਰੇ ਵੀਰੋ ਯਾਰੀਆਂ ਨੇ ਕਹਿੰਦੇ ਮੇਰੇ ਵੀਰੋ ਵੀਰੂ ਵਾੜ ਹੋ ਗਈ ਹੈ ਔਰ ਨਾਲ ਕਦੋਂ ਪੰਮਾ ਵਾੜ ਇੱਧਰ ਪ੍ਰੇਮ ਸਣਾ ਵੀਰ ਤੇ ਨਾਲ ਕਦੋਂ ਮੋਟਾ ਹੰਗਰੀ ਇਹਨਾਂ ਨੇ ਵੱਲੋਂ ਵੀ ਕਿਵੇਂ ਵੱਡੇ ਮਾਣ ਮੇਰੇ ਵੀਰ ਆਰ ਕਦੇ ਮੱਥੇ ਦੇ ਜਿਹੜੇ 1100 ਦੇ ਕਿਹੜੇ ਕੀਤੇ ਜਾ ਰਹੇ ਹੈ ਆ ਗਿਆ ਇਸ ਪੇ ਗਿਰੀ ਉਸ ਪੇ ਗਿਰੀ ਹਾਏ ਰੇ ਬਿਜਲੀ ਗਿਰੀ ਉਹ ਲਿਖਵਾਇਆ ਤਾਂ ਇਹਨੇ ਮਾਂ ਨੇ ਲਿਖਤਾ ਰਾਤ ਇਹਨੂੰ ਮੈਂ ਕਿਹਾ ਸੀ ਮਾਂ ਤੂੰ ਰੁਕ ਜਾ ਇਹਨੇ ਜਦ ਨੂੰ ਪੋਸਟ ਪਾ ਦੀ ਵੇਲੇ ਰਵੀ ਤਾਂ ਉਹਨਾਂ ਖੇਡਦਾ ਨਹੀਂ ਉਧਰ 1100 ਰੁਪਇਆ ਮੱਥੇ ਤੱਕ ਜਿਹੜਾ ਪੁੱਜਰਾ ਕਰ ਦਿੱਤਾ ਹੈ ਬਾਹਰ 1100 ਰੁਪਇਆ ਕਹਿੰਦੇ ਮੱਥੇ ਤੱਕ ਜਿਹੜਾ ਪੁੱਜਰਾ ਕਰ ਦਿੱਤਾ ਹੈ ਉਧਰ ਲਵੀ ਬਾਣੀ ਵਾਲਿਆ ਥਰਡ ਅੰਪੇਅਰ ਪਾਉਣ ਜਾ ਰਿਹਾ ਪ੍ਰਬੰਧਕ ਵੀਰ ਤੇ ਪ੍ਰਬੰਧਕ ਵੀਰ ਕਹਿੰਦੇ ਵੀ ਜੇ ਦੋਨੇ ਅੰਪੇਅਰ ਕਿਸੇ ਡਿਸੀਜਨ ਦੇ ਵਿੱਚ ਕਨਫਿਊਜ਼ ਹੋਣਗੇ
ਤੇ ਥਰਡ ਅੰਪੇਅਰ ਦੀ ਜਿਹੜੀ ਰਾਇ ਲੈ ਸਕਦੇ ਆ ਬਹਾਦੁਰ ਜੀ ਕਿਹੜਾ ਥਰਡ ਅੰਪੇਅਰ ਲਾਈਵ ਵਾਲੇ ਕੋਲੇ ਕੁਰਸੀ ਲਵਾ ਦੋ ਥਰਡ ਅੰਪੇਅਰ ਦੇ ਕਰਕੇ ਜਿਹੜੇ ਵੱਡੇ ਆ ਮੈਚ ਜਿੱਤਣਾ ਯਾਰ ਇਹੋ ਜਿਹਾ ਪਾਣੀ ਬਣੇ ਡਾਈਆਂ ਡੂਈਆਂ ਮਾਰ ਕੇ ਇਹੋ ਜਿਹਾ ਮੈਚ ਹੁਣ ਐਵੇਂ ਜਿੱਤੇ ਜਾਂਦਾ ਹੁੰਦਾ ਬਾਈ ਅਗਲੇ ਮੈਚ ਲਈ ਮਾਂਡੀ ਸ਼ਹਿਰ ਦੇ ਕੁੱਪ ਓਏ ਉਰੇ ਆ ਹਾਂ ਆਓ ਜੀ ਕੁੱਪ ਤੇ ਸਿਆੜ ਦੀਆਂ ਟੀਮਾਂ ਟਾਸ ਕਰੋ ਕਿਰਾ ਕੇ ਕੁੱਪ ਤੇ ਸਿਆੜ ਦੀਆਂ ਟੀਮਾਂ ਆਹੋ ਆਹੋ ਗੋਪੀ ਜਿਹੜੀਆਂ ਟਾਸ ਕਰ ਲੈਣਗੀਆਂ ਕੇ ਓਏ ਕਿਸੇ ਦਾ ਬੱਲਾ ਨਵਾਂ ਤੇਰਾ ਚੱਕ ਨਹੀਂ ਕੁੱਪ ਵਾਲੇ ਮੁੰਡੇ ਆਓ ਜੀ ਸਿਆੜ ਵਾਲੇ ਮੁੰਡੇ ਆ ਗਏ ਆ ਕੁੱਪ ਵਾਲੇ ਮੁੰਡੇ ਆਓ ਸਿਆੜ ਵਾਲੇ ਮੁੰਡੇ ਆ ਗਏ ਆ ਹੋਰ ਠੀਕ ਹੋ ਜੀ ਬਾਲਾਂ ਪਾਉਂਦੀਆਂ ਕਰੋ ਜੀ ਗਰਾਊਂਡ ਦੇ ਵਿੱਚ ਬਾਲਾਂ ਵੀਰੇ ਬਾਲਾਂ ਪਾਉਂਦੀਆਂ ਕਰ ਦੋ ਤੇ ਇੱਕ ਢੱਡੇ ਦਾ ਮੁੰਡਾ ਮਾਨ ਸਿੱਖ ਵਾਲੇ ਕੋਲੇ ਆ ਕੇ ਬਹਿ ਜਾਏਗਾ ਤੂੰ ਕੱਲ ਬਾਹਾਂ ਖਿਲਾਰਦਾ ਸੀ ਚਾਚੇ ਨੂੰ ਆਊਟ ਕਰਕੇ ਸਾਹਮਣੇ ਦੂਜੀ ਇਨਿੰਗ ਦੀ ਜਿਹੜੀ ਸ਼ੁਰੂਆਤ ਹੋਣ ਲੱਗੀ 152 ਕਰਨੇ ਆ ਲੈ ਧੁੰਨਿਆ ਤਗੜਾ ਹੋ ਕੇ ਖੇਡਣਾ ਪੈਣਾ 152 ਚੇਸ ਹੋਣਗੇ ਨਾ ਆ ਜੋੜੀ ਕਰ ਸਕਦੀ ਆ ਮੇਰੇ ਵੀਰੇ ਉਹ ਇੱਕ ਪਾਸੇ ਸੁਭਾਰ ਆ ਗਿਆ ਤੇ ਦੂਜੇ ਪਾਸੇ ਧੰਨਾ ਲੁਧਿਆਣੇ ਦੀ ਧਰਤੀ ਦਾ ਸਾਹਮਣਾ ਕਰਨ ਲਈ ਤਿਆਰ ਤੇ ਰਵੀ ਦੀਆਂ ਬੱਲਾਂ ਪੈਣ ਲੱਗੀਆਂ ਬਵਾਨੀ ਵਾਲੇ ਆ ਹੈਲੋ ਲਾਖੇੜ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਕਹਿੰਦੇ ਮੈਚ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਬਾਹਰ ਦੂਸਰੀ ਇਨਿੰਗ ਮੇਰੇ ਵੀਰੋ ਰਵੀ ਕਹਿੰਦੇ ਨੂਰਪੁਰ ਬੇਟ ਵਾਲਾ ਕਹਿੰਦੇ ਪਹਿਲਾਂ ਓਵਰ ਕਹਿੰਦੇ ਪਾ ਰਿਹਾ ਹੈ ਲਾਵੀ ਧੋਨੇ 152 ਬਣਾਉਣੇ ਤੇ ਬਣਦੇ ਕਿਸੇ ਆਓ ਗੱਲ ਦੇ ਨਾਲ ਹੀ ਹੈ ਆਓ ਬਣਦੇ ਕਹਿੰਦੇ ਮੇਰੇ ਵੀਰੋ ਕਹਿੰਦੇ ਕਿਸੇ ਗੱਲ ਦੇ ਨਾਲ ਹੀ ਹੈ ਉਹ ਸਾਹਮਣੇ ਬਣਨੇ ਕਿਸੇ ਗੱਲ ਨਾਲ ਹੀ ਹੈ ਲੈ ਰਵੀ ਉਸਤਾਦਾ ਓਏ ਕੱਲ ਵੀਡੀਓ ਵੇਖੀ ਆ ਧੋਨੇ ਨੇ ਤੈਨੂੰ ਆਊਟ ਕਰਕੇ ਐਕਸ਼ਨ ਬਣਾਏ ਆ ਕੱਲ ਵੀਡੀਓ ਵੇਖੀ ਆ ਧੋਨੇ ਨੇ ਤੈਨੂੰ ਆਊਟ ਕਰਕੇ ਐਕਸ਼ਨ ਬਣਾਇਆ ਹੋ ਜਾ ਫਿੱਟ ਨੂਰਪੁਰ ਵੇਟ ਵਾਲਿਆ ਪੈਗੀ ਬਾਲ ਦੇ ਸਾਹਮਣੇ ਆਓ ਬਾਲ ਗਿਰੀ ਸਿਰੇ ਦੀ ਆਓ ਬਾਲ ਕਹਿੰਦੇ ਸਿਰੇ ਦੀ ਬਾਈ ਜੀ ਟੀਮਾਂ ਡਾਂਸ ਕਰ ਲੈਣ ਆ ਗਏ ਮੇਰੀ ਬੇਨਤੀ ਹੈ ਸ਼ਹਿਰ ਵਾਲੇ ਆ ਗਿਆ ਕੁੱਪ ਵਾਲੇ ਆਓ ਵੀਰੇ ਕੁੱਪ ਦੀ ਟੀਮ ਆਓ ਜੀ ਆਓ ਵੀਰਾ ਜੀ ਜਲਦੀ ਦੇ ਨਾਲ
ਜਲਦੀ ਦੇ ਨਾਲ ਆਵੇ ਟੀਮ ਆ ਟਾ ਜਿਹੜੀ ਗਰਲਰ ਭਰਾਵਾਂ ਨੂੰ ਵੇਖੀ ਹੈ ਇੱਦਾਂ ਕਹਿੰਦੇ ਵੱਡਾ ਮੈਚ ਖੇਡਣ ਆ ਰਿਹਾ ਹੈ ਪਰ ਟਾਰਗੇਟ ਕਹਿੰਦੇ ਮੇਰੇ ਵੀਰ ਚੱਲਦੇ ਮੈਚ ਦਾ ਕਹਿੰਦੇ ਜਿਹੜਾ ਵੱਡਾ ਸੈੱਟ ਕਰ ਦਿੱਤਾ ਮੁੰਡਿਆਂ ਨੇ ਆਹ ਕਹਿੰਦੇ ਨੂਰਪੁਰ ਬੇਟ ਆ ਹਰ ਮੁੰਡੇ ਕਹਿੰਦੇ ਗੱਲਾਂ ਟਿਕਾਣੇ ਲਾਉਂਦੇ ਆਉਂਦੇ ਆ ਇੱਥੇ ਰੱਬ ਉਧਰੋਂ ਮੋਟਾ ਹੰਗਰੀ ਦੇ ਪ੍ਰੇਮ ਬਾਟ ਕਹਿੰਦੇ ਆ ਜੇ ਰਵੀ ਧੁੰਨੇ ਨੂੰ ਆਊਟ ਕਰਕੇ ਐਕਸ਼ਨ ਕਰਦਾ ਤੇ ਰੁਪਈਆ 1100 ਦਿੱਤਾ ਜਾਣਾ ਰਵੀ ਨੂਰਪੁਰ ਬੇਟ ਵਾਲਿਆ 1100 ਲੱਗ ਗਿਆ 1100 ਲੱਗ ਗਿਆ ਪਰ ਧੁੰਨਾ ਕਿਹਦੇ ਨਾਊਟ ਸੈਕ ਤੇ ਆ ਗਿਆ ਆਹ ਕਹਿੰਦੇ ਚਰਚੇ ਹੋਣਗੇ ਤਾਂ ਮੁੰਡਾ ਕਹਿੰਦੇ ਸੁਭਾਨ ਮੇਰੇ ਵੀਰ ਕਹਿੰਦੇ ਤਿਆਰ ਦਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਨਾ ਪੈਂਦੀ ਬਾਲ ਨਾ ਕਹਿੰਦੇ ਸਾਹਮਣਾ ਕਹਿੰਦੇ ਆਰ ਪੈਂਦੀ ਬਾਲ ਤੇ ਰਨ ਜਿਹੜੇ 4 ਦੇ ਵਾਧੇ ਕਹਿੰਦੇ ਯਕੀਨਨ ਤੌਰ ਤੇ ਹੋ ਚੁੱਕਿਆ ਆਹ 4 ਸਕੋਰ ਜਿਹੜੇ ਗੱਭਰੂ ਨੇ ਆਪਣੀ ਟੀਮ ਲਈ ਜੋੜ ਦਿੱਤੇ ਹੈ ਇਹਦੀ ਨਿੱਕੀ ਉਮਰਾਂ ਮੇਰੇ ਵੀਰੋ ਜਿਹੜਾ ਮੁੰਡਾ ਸਾਹਮਣਾ ਕਰਦਾ ਹੈ ਇਹ ਸੁਭਾਨ ਹੈ ਢੱਟਿਆੜੇ ਦੀ ਧਰਤੀ ਦਾ ਹੈ ਮੁੰਡਾ 4 ਸਕੋਰ ਦੇ ਵਾਧੇ ਕਰ ਗਿਆ ਹੈ ਮੈਚ ਉਹ ਸਿਰੇ ਦੇ ਖੇਡੇ ਜਾ ਰਹੇ ਹੈ ਇਸ ਤੋਂ ਬਾਅਦ ਜਿਹੜਾ ਮੈਚ ਖੇਡਿਆ ਜਾਣਾ ਹੈ ਇੱਕ ਪਾਸੇ ਸਿਆਰ ਦੀ ਟੀਮ ਹੋਣੀ ਹੈ ਤੇ ਦੂਜੇ ਪਾਸੇ ਕੁੱਪ ਵਾਲੇ ਮੁੰਡੇ ਖੇਡਦੇ ਨਜ਼ਰ ਆਉਣਗੇ ਓਏ ਕੁੱਪ ਵਾਲਾ ਲਾਟੀ ਵੀ ਹੈ ਕੈਨੇਡਾ ਤੋਂ ਤੇ ਚਰਚੇ ਵੱਡੇ ਹੋਣੇ ਆ ਕਰਮੀ ਉਹਨਾਂ ਦੇ ਤੇ ਇੱਕ ਬੈਠਾ ਵਿੱਚ ਸਪੇਨ ਦੇ ਚਰਚੇ ਉਹਦੇ ਵੀ ਵੱਡੇ ਆ ਬਈ ਬਾ ਜੱਗਾ ਵੀ ਆਇਆ ਸਿਆਰ ਵਾਲਾ ਚੂਹੇ ਸਿਆਲਾ ਉਹ ਭਰਾ ਦਾ ਵੀ ਧੰਨਵਾਦ ਇੱਕ ਵਾਰ ਉਹ ਇੱਕ ਵਾਰ 5 ਰਨ ਬਣਿਆ ਇੱਕ ਤਾੜੀ ਮਾਰ ਲੋ ਯੋਰ ਰਵੀ ਦੇ ਨਾਂ ਤੇ ਯਾਰ ਆਪ ਕਹਿੰਦੇ ਕਮਾਲ ਕਰ ਦਿੱਤੀ ਸਿਰੇ ਦਾ ਉਮਰ ਲਾ ਦਿੱਤਾ ਆਪ ਕਹਿੰਦੇ ਮੇਰੇ ਵੀਰੋ ਜੀਵਨਪੁਰੀ ਆ ਗਿਆ ਹਜ਼ਾਰ ਜਿੱਤੂਗਾ ਕਿਹੜੇ ਕਹਿੰਦੇ 11-11 ਹਜ਼ਾਰ ਦੀ ਪਿਆ ਜਿੱਤਣਗੇ ਗੱਲ ਸਮੇਂ ਦੀ ਹੋੜੀ ਹੈ ਆਹ ਕਹਿੰਦੇ ਗੱਲ ਸਮੇਂ ਦੀ ਨਾ ਬਾਲ ਕਹਿੰਦੇ ਪਾਉਣ ਦੇ ਲਈ ਮੁੰਡਾ ਕਹਿੰਦੇ ਤਿਆਰ ਵਰ ਤਿਆਰ ਹੈ ਕਹਿੰਦੇ ਜੀਵਨਪੁਰ ਦੀ ਧਰਤੀ ਦਾ ਆਹ ਮੁੰਡਾ ਕਹਿੰਦੇ ਬੰਗੋ ਆ ਗਿਆ ਮੇਰੇ ਵੀਰੋ ਬੰਗੋ ਆ ਗਿਆ ਜੀਵਨਪੁਰੀਆ ਮੇਰੇ ਵੀਰੋ ਬਾਲਾਂ ਪਾਉਣ ਦੇ ਲਈ ਕਹਿੰਦੀ ਜੀਵਨਪੁਰੀਆ ਬਚ ਕੇ ਸਿੱਟੀ ਮੈਨੂੰ ਧੋਨੇ ਦੀ ਅੱਖ ਠੀਕ ਨੀ ਲੱਗਦੀ ਉਹ ਸਾਰੀਆਂ ਇੱਟ ਪਾਉਣ ਨੂੰ ਫਿਰਦਾ ਚੰਦਰਾ ਬਚ ਕੇ ਸਿੱਟੀ ਜੀਵਨਪੁਰੀਆ ਬਾਲ ਪਾਉਣ ਦੇ ਲਈ ਮੁੰਡਾ ਬਲ ਗਿਆ ਪੈਂਦੀ ਬਾਲ ਏ ਪੱਲੇ 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 ਰਨ 4-4-4 ਮੇਰੇ ਵੀਰੋ ਆਪ ਕਹਿੰਦੇ 4 ਸਕੋਰਾਂ ਦੇ ਵਾਧੇ ਹੋ ਚੁੱਕਿਆ ਹੈ ਪਰ ਧੁੰਨਿਆ ਚੌਕਿਆਂ ਚੁੱਕਿਆਂ ਦਾ ਨੀ ਕੁਝ ਬਰਨਾ ਤੇ ਗੋਪੀ ਤੂੰ ਤੜਕੇ ਘੱਟ ਖਾ ਲਿਆ ਕਰ ਕਿਸੇ ਗੱਲ ਦੇ ਨਾਲ ਹੀ ਬਰਨੇ ਆ ਤੜਕੀ ਤਾਚ ਹੋ ਜਾਂਦਾ ਤੂੰ ਕਿਸੇ ਗੱਲ ਦੇ ਨਾਲ ਹੀ ਬਰਨੇ ਆ ਸ਼ਾਟ ਹੋਏ ਤੁੰਨੇ ਬੱਲੇ 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 ਸਾਹਮਣੇ ਮੈਂ ਤੈਨੂੰ ਦੱਸਿਆ ਜੀਵਨਪੁਰੀਆ ਵੀ ਬਚ ਕੇ ਸਿੱਟੀ ਉਹ ਚੰਦਰਾ ਹਰਖਿਆ ਲੱਗਦਾ ਬਚ ਕੇ ਸਿੱਟੀ ਬਚ ਕੇ ਇਹ ਚੰਦਰਾ ਹਰਖਿਆ ਮਾੜਾ ਇਹ ਲੁਧਿਆਣੇ ਵਾਲਾ ਧੁੰਨਾ ਭਾਜੀ ਕਹਿੰਦੀਆਂ ਦੁਨੀਆਂ ਉਹ ਪੈਂਦੀ ਵਾਲ ਲਾਵੀ ਬੰਗੋ ਉਹਨੇ ਕੰਮ ਸ਼ੁਰੂ ਕਰਤਾ ਜੀਵਨਪੁਰੀਆ ਕੰਮ ਸ਼ੁਰੂ ਕਰਦੇ ਇੱਕ ਗੱਲ ਪੱਕੇ ਨੇ ਵੀ ਕਾਲਾ ਜਦੋਂ ਛੱਕਾ ਵੱਜਦਾ ਬੰਗੋ ਵੀ ਹੱਸ ਪੈਂਦਾ ਇੱਥੇ ਰੱਖ ਉਹ ਵੀ ਮਸਕਰੀਆਂ ਕਰਦਾ ਜਿਹੜਾ ਸਾਹਮਣੇ ਖੜਾ ਉਹ ਵੀ ਕਹਿੰਦਾ ਵੀ ਜਿੱਥੇ ਮਰਜ਼ੀ ਸਿੱਟ ਲੈ ਪੈਂਦੀ ਵਾਰ ਅੱਜ ਦੇ ਗਿਰੇ ਵੀਰਿਆ ਪਈ ਰਾ ਜੀਵਨਪੁਰੀਆ ਉਹ ਪੈ
ਵਧੀਆ ਵਧੀਆ ਵਿਜੇ ਬਾਈ ਵਧੀਆ ਤੁਸੀਂ ਦੱਸੋ ਠੀਕ ਹੋ ਸਾਹਮਣੇ ਗੱਲਾਂ ਟਕਾਣੇ ਲੱਗੀਆਂ ਪਈਆਂ ਪਿਆਰ ਹੈ ਮੁੰਡਿਆਂ ਦਾ ਕਿਉਂਕਿ ਹਰ ਦਿਨ ਹਰ ਮੇਲੇ ਤੇ ਮਿਲਦੇ ਆ ਉਹ ਚਰਚੇ ਹੁੰਦੇ ਆ ਚੋਪਰਾਂ ਦੇ ਪਰ ਬਾਲ ਜਿਹੜੀ ਸਿਰੇ ਦੀ ਆ ਬਾਲ ਜਿਹੜੀ ਚੋਟੀ ਦੀ ਗੱਭਰੂ ਨੇ ਮੇਰੇ ਮਿੱਤਰੋਂ ਪਾ ਦਿੱਤੀ ਹੈ ਅਗਲੇ ਮੈਚ ਵਾਲੀਆਂ ਟੀਮਾਂ ਵੀ ਤਿਆਰੀ ਕਰਕੇ ਰੱਖਣ ਅਗਲੇ ਮੈਚ ਵਾਲੀਆਂ ਟੀਮਾਂ ਜਿਹੜੀ ਤਿਆਰੀ ਕਰਕੇ ਰੱਖਣਗੀਆਂ ਇਹਨੇ ਜਿੱਤਿਆ ਟਾਸ ਜੀ ਪ੍ਰੇਮ ਸਤਰੰਗੀ ਨੇ ਕੁੱਪ ਵਾਲੇ ਨੇ ਕੀ ਕਰਨਾ ਕੀ ਕਰਨਾ ਵੀਰੇ ਕੁੱਪ ਦੀ ਟੀਮ ਨੇ ਕੁੱਪ ਵਾਲਿਆਂ ਨੇ ਕੀ ਕਰਨਾ ਜੀ ਗੱਲ ਕਰਨੇ ਜਾਂ ਬੈਟ ਜੀ ਵਾਹ ਦੱਸੋ ਜੀ ਕਿੰਨੇ ਬਣ ਗਏ 28 ਬਣ ਗਏ ਦੋ ਓਵਰਾਂ ਤੋਂ ਬਾਅਦ 28 ਸਕੋਰ ਜਿਹੜੇ ਬਣ ਗਏ ਛੇ ਛੇ ਓਵਰ ਹੀ ਦੇਣੇ ਜੀ ਕੁਆਟਰ ਦੇ ਹਾਂਜੀ ਹਾਂਜੀ ਸੇਮ ਹੀ ਹੋਣਾ ਸਾਡੇ ਕੋਲ ਕੀ ਕਰਨਾ ਸਨੀ ਕਿੰਨੇ ਹੋ ਗਏ ਸਕੋਰ ਪੁੱਛੀਲੇ ਵੀ ਅਠਾਈ ਸਕੋਰ ਜਿਹੜੇ ਬਣ ਗਏ ਆ ਤੀਜੇ ਓਵਰ ਦੀ ਜਿਹੜੀ ਸ਼ੁਰੂਆਤ ਹੋਣ ਲੱਗੀ ਹੈ ਬੋਲਰ ਨੇ 100 ਤੇ 52 ਕਰ ਰਹੇ ਆ ਤੇ ਬਣਨੇ ਕਿਸੇ ਗੱਲ ਨਾਲ ਹੀ ਆ ਗੋਪੀ ਦੀਆਂ ਬਾਲਾਂ ਪੈਣ ਲੱਗੀਆਂ ਮੇਰੇ ਵੀਰੇ ਗੋਪੀ ਬਾਲ ਪਾਉਣ ਲਈ ਨੂਰਪੁਰ ਵੇਟ ਵਾਲਾ ਵੱਧ ਗਿਆ ਹੈ ਪਿੰਡੀ ਬਾਲ ਇੱਥੇ ਰੱਖ ਬਾਲ ਜਿਹੜੀ ਸਿਰੇ ਦੀ ਮੁੰਡੇ ਨੇ ਪਾਤੀ ਹੈ ਤੇ ਡਾਊਟ ਹੋ ਗਈ ਆ ਚੱਕਲਾ ਮਹਿਕ ਤੇ ਕਰਦੇ ਸਵਾਲ ਬਾਲ ਮੇਰੇ ਵੀਰੋ ਕਿੰਨੇ ਡਾਊਟ ਜੋੜੀ ਹੋ ਚੁੱਕੀ ਹੈ ਗੋਪੀ ਕਹਿੰਦੇ ਨੂਰਪੁਰ ਵੇਟ ਵਾਲਾ ਮੇਰੇ ਵੀਰੋ ਮੁੰਡਾ ਕਿਤੇ ਬਾਲਾਂ ਜੋੜੀਆਂ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਆ ਟੀਮ ਕਹਿੰਦੇ ਫਿਰ ਤੋਂ ਮੇਰੇ ਵੀਰੋ ਕਹਿੰਦੇ ਗਰਾਊਂਡਾਂ ਦੇ ਵਿੱਚ ਖੇਡਦੀ ਨਜ਼ਰ ਆ ਰਹੀ ਹੈ ਆਰ ਕਦੇ ਚਰਚੇ ਹੁੰਦੇ ਆ ਆ ਨੂਰਪੁਰ ਬੇਟ ਵਾਲਿਆ ਵੇ ਪਰ ਆ ਕਦੇ ਧੰਨਾ ਭਾਜੀ ਹੈ ਆ ਕਦੇ ਧੰਨਾ ਭਾਜੀ ਕਦੇ ਕਮਾਲ ਕਰੀ ਜਾਂਦਾ ਰਣ ਕਦੇ ਛੇੜੇ ਬਾਬੇ ਜਿਹੜੇ ਕਦੇ ਕੰਮ ਦਿੱਤੇ ਆ ਉਹ 6 ਸਕੋਰ ਦੇ ਪਾਤੇ ਜਿਹੜੇ ਮੁੰਡੇ ਨੇ ਆਪਣੀ ਟੀਮ ਲਈ ਕਰ ਦਿੱਤੇ ਆ 6 ਸਕੋਰ ਜਿਹੜੇ ਮੁੰਡੇ ਨੇ ਆਪਣੀ ਟੀਮ ਲਈ ਲੋੜ ਦਿੱਤੇ ਆ ਗੋਪੀ ਦੀ ਬਾਲ ਬੱਲੇ ਆ ਬਾਈਡ ਬਾਲ ਦੇ ਜਿਹੜੇ ਇਸ਼ਾਰੇ ਆ ਮੇਰੇ ਵੀਰੋ ਬਾਲ ਦੀ ਜਿਹੜੀ ਬਾਈਡ ਹੋ ਚੁੱਕੀ ਹੈ ਬਾਲ ਜਿਹੜੀ ਬਾਈਡ ਹੋ ਚੁੱਕੀ ਹੈ ਖੇਡ ਦੇ ਮੈਦਾਨ ਦੇ ਵਿੱਚ ਆ ਬੰਦਾ ਕਹਿੰਦੇ ਮੈਚ ਖੇਡਿਆ ਜਾ ਰਿਹਾ ਆਰ ਬੜੀਆਂ ਕਹਿੰਦੇ ਰੌਣਕਾਂ ਲੱਗੀਆਂ ਹੋਈਆਂ ਆਰ ਧਰਤੀ ਹੈ ਮੇਰੇ ਵੀਰੋ ਅੱਜ ਕਹਿੰਦੇ ਮੈਂ ਧੋਈ ਪਿੰਡੀ ਪਰ ਸਾਹਮਣੇ 4 ਸਕੋਰ ਦੇ ਬਾਅਦ ਜਿਹੜੇ ਫੇਰ ਗੱਭਰੂ ਜੋੜ ਗਿਆ ਵੀ ਕੁਆਟਰ ਖੇਡਿਆ ਜਾ ਰਿਹਾ ਹੈ ਇਸ ਤੋਂ ਬਾਅਦ ਜਿਹੜੇ ਕੁਆਟਰ ਦੇ ਮੈਚ ਖੇਡੇ ਜਾਣੇ ਆ ਸਿਆੜ ਵਾਲੇ ਮੁੰਡੇ ਬੜਾ ਤਗੜਾ ਖੇਡਿਆ ਆਇਆ ਹੋਇਆ ਬਠਿੰਡੇ ਵਾਲਾ ਬਿਜਲੀ ਆਇਆ ਹੋਇਆ ਓਏ ਬਠਿੰਡੇ ਵਾਲਾ ਬਿਜਲੀ ਚਰਚੇ ਉਹਨੇ ਵੀ ਕਰਵਾਉਣੇ ਆ ਪੈਂਦੀ ਬਾਲ ਤੇ ਬਾਲ ਫੇਰ ਜਿਹੜੀ ਵਾਈਡ ਆ ਬਾਲ ਫੇਰ ਜਿਹੜੀ ਵਾਈਡ ਹੋ ਗਈ ਆ ਬਾਲ ਕਦੇ ਸਿਰ ਤੋਂ ਜਿਹੜੀ ਵਾਈਡ ਆ ਹੋ ਚੁੱਕੀ ਲੈ ਵੀ ਨੂਰਪੁਰ ਬੇਟ ਵਾਲਿਆ ਬਾਲਾਂ ਤੇ ਸਿੱਧੀਆਂ ਸਿੱਧੀਆਂ ਕਰਦੀਆਂ ਪੈਣੀਆਂ ਵੀ ਗੱਲਾਂ ਫੇਰ ਟਕਾਲੇ ਲੱਗਣੀਆਂ ਬਾਲ ਪਾਉਣ ਦੇ ਲਈ ਖਿਡਾਰੀ ਕਹਿੰਦੇ ਤਿਆਰ ਬਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਪੈਂਦੀ ਹੋਈ ਬਾਲ ਤੇ ਹੁੰਦੀ ਹੋਈ ਕਮਾਲ ਆਹ ਮੇਰੇ ਮਿੱਤਰੋ ਕਹਿੰਦੇ ਲੁਧਿਆਣੇ ਵਾਲਾ ਆਓ ਕਿਤੇ ਰਨ ਸਿੰਗਲ ਦੇ ਵਾਧੇ ਕਰ ਗਿਆ ਉਹ ਸਾਹਮਣੇ ਇੱਕ ਸਕੋਰ ਦੇ ਵਾਧੇ ਕਰ ਗਿਆ ਤੇ ਸੁਬਹਾਨ ਆ ਗਿਆ ਢੱਡੇ ਦੀ ਧਰਤੀ ਦਾ ਮੁੰਡਾ ਸਾਹਮਣਾ ਕਰਨ ਦੇ ਲਈ ਜਿਹੜਾ ਤਿਆਰ ਬਰ ਤਿਆਰ ਹੈ ਪਿਛਲੇ 2 ਓਵਰਾਂ ਦੇ ਵਿੱਚ ਰਨ ਬਾਹਲੇ ਲੱਗੇ ਆ ਇੱਕ ਤੇ ਮਾਨੀ ਦਾ ਓਵਰ ਮਹਿੰਗਾ ਪਿਆ ਇੱਕ ਡਾਕਟਰ ਨੇ 6 ਵਧੇ ਆ 2 ਓਵਰ ਬਾਹਲੇ ਮਹਿੰਗੇ ਪਿਆ ਇਹ ਵੀ ਇਤਿਹਾਸ ਦੇ ਵਿੱਚ ਲਵੀ ਇਮਰਾਨ ਲਿਖੇ ਜਾਣੇ ਆ ਦੋਨੇ ਓਵਰ ਉਹ ਸਾਹਮਣੇ ਪੈਂਦੀ ਬਾਲ ਤੇ ਸਾਹਮਣੇ ਵਾਹ ਓਏ ਗੋਪੀ
ਬਾਲ ਜਿਹੜੀ ਚੋਟੀ ਦੀ ਗੱਭਰੂ ਨੇ ਮੇਰੇ ਵੀਰੋ ਪਾ ਦਿੱਤੀ ਆ। ਲਾਭ ਗੋਪੀ ਹੈ ਕਿਤੇ ਨੂਰ ਪਰ ਬੇਟ ਵਾਲਾ ਮੇਰੇ ਵੀਰੋ ਉਹਨਾਂ ਕਿਤੇ ਬਾਲਾਂ ਜਿਹੜੀਆਂ ਟਿਕਾਣੇ ਦੀਆਂ ਪਾਈ ਜਾ ਰਹੇ ਆ। ਆਹ ਮੁੰਡਾ ਕਿਤੇ ਖੇਡ ਦੇ ਮੈਦਾਨ ਦੇ ਵਿੱਚ ਆਹ ਮੇਰੇ ਵੀਰੋ ਕਿਤੇ ਸਿਰਾ ਲਾਈ ਜਾ ਰਿਹਾ ਹੈ, ਪਰ ਦੂਜੇ ਪਾਸੇ ਮੇਰੇ ਵੀਰੋ ਸੁਭਾਨ ਆਹ ਕਰਦਾ ਹੋਇਆ ਕੋਸ਼ਿਸ਼ ਆ ਰਨ ਕਿਤੇ ਜਿਹੜੇ ਚਾਰ ਦੇ ਵਾਧੇ ਮੇਰੇ ਵੀਰੋ ਹੋ ਗਿਆ ਹੈ, ਆਹ ਚਾਰ ਸਕੋਰਾਂ ਦੇ ਵਾਧੇ ਜਿਹੜੇ ਹੋ ਚੁੱਕੇ ਆ। ਤਿੰਨ ਓਵਰ ਕਿੰਨੇ ਹੋ ਗਏ ਜੀ? 45 45 ਸਕੋਰ ਬਣਿਆ, ਹਲੇ ਤੇ ਉੱਪਰਲੇ ਵੀ ਨੀ ਬਣੇ। ਇੱਕ ਮਿੰਟ ਜੀ, 45 ਸੋਰੀ 45 ਹੋ ਗਿਆ, 45 ਬਣ ਗਏ, ਹਲੇ ਤੇ ਉੱਪਰਲੇ ਵੀ ਨੀ ਬਣੇ, ਹਜੇ ਤੇ ਉੱਪਰਲੇ ਨੀ ਬਣੇ, ਬਹੁਤ ਸਕੋਰ ਜਿਹੜੇ ਬਾਕੀ ਆ। ਆਰ ਬਣਨੇ ਕਿਸੇ ਗੱਲ ਦੇ ਨਾਲ ਹੀ ਆ, ਆਰ ਮੇਰੇ ਵੀਰੋ ਕਿਤੇ ਵੱਡਾ ਟਾਰਗੇਟ ਆ, ਆਰ ਜਿਹੜਾ ਕਿਤੇ ਸੈੱਟ ਹੋ ਚੁੱਕਿਆ। ਲਓ ਬੀਨ ਮੇਰੇ ਵੀਰੋ ਬਾਲ ਪਾਉਣ ਲਈ ਕਿਤੇ ਨੂਰਪੁਰ ਬੇਟਵਾ ਕਿਤੇ ਤਿਆਰ ਪਰ ਤਿਆਰ ਆ। ਉਸ ਸਾਹਮਣੇ ਬੀਨ ਦੀਆਂ ਬਾਲਾਂ ਪੈਣਗੀਆਂ, ਇੱਕ ਸਹਾਰ ਮਾਰੇ ਵਾਲਾ ਰਹਿੰਦਾ ਵਿੱਚ ਕੈਨੇਡਾ ਦੇ ਚਰਚੇ ਉਹਦੇ ਵੀ ਵੱਡੇ ਆਏ, ਪਰ ਆ ਨੂਰਪੁਰ ਬੇਟ ਵਾਲਾ ਬੀਨ ਬਾਲ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ। ਤੇ ਸਾਹਮਣੇ ਧੁਨਾ ਭਾਜੀ ਲੁਧਿਆਣੇ ਵਾਲਾ, ਤੇ ਲੋਕੀ ਕਹਿੰਦੇ ਮੰਗਦਾ ਹੈ ਵੱਧ ਖਰਚਾ ਹੈ ਧੁਨੇ ਦੀ ਤਾਂ ਚੱਕਾ ਲੋ। ਬਾਲੀ ਚਰਚਾ ਬਾਲੀ ਚਰਚਾ, ਪਰ ਧੁਨਿਆ ਜਿਹੜੇ ਹਿਸਾਬ ਦੇ ਨਾਲ ਕੰਮ ਚੱਲਦਾ ਮੈਨੂੰ ਲੱਗਦਾ ਵੀ ਗੱਡੀ ਟਾਈਮ ਨਾਲ ਹੀ ਮੋੜਦੀ ਪੈ ਜਾਣੀ ਹੈ। ਆਹ ਜਿਹੜੇ ਹਿਸਾਬ ਦੇ ਨਾਲ ਕੰਮ ਚੱਲਦਾ ਵੀ ਗੱਡੀ ਆਹ ਟਾਈਮ ਦੇ ਨਾਲ ਹੀ ਅੱਜ ਸ਼ੀਸ਼ੇ ਦੇ ਕੱਪੜਾ ਮਾਰਨਾ ਪੈ ਜਾਣਾ ਹੈ, ਆਹ ਛੱਕੇ ਮਾਰਨੇ ਪੈਣਗੇ। ਆਹ ਸਾਹਮਣੇ ਕਮਾਲ ਜਿਹੜੀ ਹੋ ਗਿਆ ਸੀ ਸਕੋਰ ਦੇ ਵਾਧੇ। ਉਸ ਸਮੇਂ ਬੀਨ ਦੀ ਬਾਲ ਪੈਂਦੀ ਹੈ, ਪੈਂਦੀ ਬਾਲ ਉਹ ਬੱਲੇ 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 ਰਵੀ ਬਾਈ ਉਹ ਧੁਨਾ ਪੁੱਛਦਾ ਵੀ ਕਿੱਦਾਂ ਲੱਗਿਆ ਸ਼ਾਟ, ਧੁਨਾ ਪੁੱਛਦਾ ਵੀ ਕਿੱਦਾਂ ਲੱਗਿਆ ਸ਼ਾਟ। ਧੁਨਿਆ ਮੁੰਡਾ ਕਮਾਲ ਕਰੀ ਤੇਰੇ ਆਉਂਦਾ ਲਾਲ ਸਾਹਮਣੇ ਕਹਿੰਦੇ ਧੁਨਾ ਹੈ ਮੇਰੇ ਵੀਰੋ, ਧੁਨਾ ਕਹਿੰਦੇ ਲੁਧਿਆਣੇ ਦਾ ਪੈਂਦੀਆਂ ਕਹਿੰਦੇ ਬਾਲਾਂ ਦਾ ਸਾਹਮਣਾ ਮੇਰੇ ਵੀਰੋ ਕਰ ਰਿਹਾ। ਬਾਲ ਪੌਂਗਲੀ ਕਹਿੰਦੇ ਬੀਨ ਫੇਰ ਤਿਆਰ ਹੈ, ਪੈਂਦੀ ਹੋਈ ਬਾਲ ਤੇ ਕਿਤੇ ਲੁਧਿਆਣੇ ਵਾਲਾ, ਲੁਧਿਆਣੇ ਵਾਲਾ ਚਰਦੇ 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 ਕਰਾਉਂਦਾ ਵੀ ਬਾਣੀ ਵਾਲਿਆ। ਹਰਿਆਣੇ ਦੇ ਬਾਰਡਰ ਤੇ ਵੀ ਇੱਕ ਜੰਗ ਛਿੜੀ ਹੋਈ ਹੈ, ਇੱਕ ਪਾਸੇ ਕਿਸਾਨ ਤੇ ਮਜ਼ਦੂਰ ਹੈ ਤੇ ਦੂਜੇ ਪਾਸੇ ਸਰਕਾਰ ਹੈ। ਕੱਲ ਕਿਸਾਨਾਂ ਨੇ 5 ਰੁਪਇਆਂ ਦੇ ਪਤੰਗ ਦੇ ਨਾਲ ਉਹ 1 ਲੱਖ ਦਾ ਡਰਾਉਣ ਸਿੱਟ ਲਿਆ ਹੈ। ਕੱਲ ਕਿਸਾਨਾਂ ਨੇ 5 ਰੁਪਇਆਂ ਦੇ ਪਤੰਗ ਦੇ ਨਾਲ 1 ਲੱਖ ਦਾ ਡਰਾਉਣ ਸਿੱਟ ਲਿਆ ਹੈ। ਜਿਹੜਾ ਮੇਰੇ ਵੀਰੋ ਉਹ ਬਾਹਲੀ ਤਸੱਦਦ ਕਰਦਾ ਰਿਹਾ ਘੁੰਮ ਘੁੰਮ ਕੇ, ਉਹ ਸੁੱਟਿਆ ਕੱਲ ਤੇ ਚਰਚਿਆ ਚੰਦਰੇ ਜਿਹੜੇ ਉਹ ਗੋਲੇ ਦਾਗਦੇ ਨਾ ਸੂਦ ਗੋਲੇ, ਉਹਨਾਂ ਨੂੰ ਪਾਣੀ ਦੇ ਨਾਲ ਯੂਜ ਕਰ ਦਿੰਦੇ ਆ। ਇਹ ਕਿਸਾਨਾਂ ਦੇ ਦਿਮਾਗ ਆ। ਉਹ ਚਰਚੇ ਜਿਹੜੇ ਹਰਿਆਣੇ ਬਾਰਡਰ ਦੇ ਵੀ ਵੱਡੇ ਸਿੜੇ ਹੋਏ ਆ, ਪਰ ਸਾਹਮਣੇ ਬਾਲਾਂ ਵੇਲਦੀਆਂ ਲੁਧਿਆਣੇ ਵਾਲਾ ਬੱਲੇ ਬੱਲੇ ਉਮਰ ਸਮਾਪਤ ਜਾਂ ਬਾਲਾ ਬਾਕੀ ਦੇ ਹੋ ਗਿਆ ਜੀ ਉਮਰ ਕਿੰਨੇ ਹੋ ਗਏ ਜੀ? ਬਹੁਤ ਰਹਿ ਗਏ
ਬਾਲ ਪਾਉਣ ਲਈ ਬਾਵਾ ਪਿਆਰ ਬਰ ਪਿਆਰ ਹੈ ਕੀ ਕਰਨਾ ਵੀਰੇ ਡਿਸੀਜਨ ਦਿਓ ਜੀ ਉਧਰ ਠੀਕਾ ਭਾਅ ਵੀ ਗੁਜਰਾ ਹੀ ਆ ਰਹੇ ਵੱਡਾ ਧੰਨਵਾਦ ਹੈ ਕੁੱਪ ਦੀ ਟੀਮ ਮੈਨੂੰ ਲੱਗਦਾ ਪਹਿਲਾਂ ਧੰਨਵਾਦ ਸਾਰੇ ਵੀਰਾਂ ਦਾ ਇਧਰ ਮੈਚ ਕਹਿੰਦੇ ਸਿਰੇ ਦਾ ਖੇਡਿਆ ਜਾ ਰਿਹਾ ਬਾਲ ਪਾਉਣ ਲਈ ਕਹਿੰਦੇ ਬਾਵਾ ਆ ਗਿਆ ਮੇਰੇ ਮਿੱਤਰ ਹਾਂ ਮੁੰਡਾ ਕਹਿੰਦੇ ਤਿਆਰ ਬਰ ਤਿਆਰ ਹੈ ਅਗਲੇ ਮੈਚ ਲਈ ਢਲੇਰ ਵਾਲਾ ਨੰਬਰਦਾਰ ਫਿਰ ਦੋਵੇਂ ਪਿੰਡ ਦਾ ਜੋਗਾ ਜਿਹੜੇ ਰੈਡੀ ਰਹਿਣਗੇ ਲਾਭ ਸਾਹਮਣੇ ਕਹਿੰਦੇ ਪੈਂਦੀ ਸੀ ਬਾਲ ਮੇਰੇ ਵੀਰੋ ਬਾਲ ਫਿਰ ਤੋਂ ਵੀਰੇ ਜਿਹੜੀ ਡੌਟ ਹੈ ਬਾਲ ਮੇਰੇ ਵੀਰੋ ਫਿਰ ਤੋਂ ਵੀਰੇ ਜਿਹੜੀ ਡੌਟ ਹੋ ਚੁੱਕੀ ਹੈ ਲੱਗ ਭੰਗ ਕਹਿੰਦੇ ਵੀ ਮੁੰਡੇ ਨੂਰਪੁਰ ਗੇਟ ਵਾਲੇ ਮੇਰੇ ਵੀਰੋ ਜਿੱਤ ਵੱਲ ਫਲ ਗਿਆ ਉਧਰ ਸਹਿਣ ਵਾਲਾ ਗੁੱਜਰ ਵੀ ਆ ਹੋਇਆ ਕਬੱਡੀ ਦੇ ਵਿੱਚ ਬੜਾ ਤਕੜਾ ਖੇਡਦਾ ਫਿਰ ਪਿਆ ਮੇਰੇ ਮਿੱਤਰੋ ਬਜਰੀ ਵਰਗ ਦਾ ਟੌਪ ਦਾ ਰੇਡਰ ਆ ਸੰਘਣ ਵਾਲਾ ਗੁੱਜਰ ਵੀ ਆ ਹੋਇਆ ਉਹਦਾ ਵੀ ਧੰਨਵਾਦ ਕਰਦੇ ਆ ਪਰ ਮੈਂ ਜਿਹੜਾ ਹੱਥੋਂ ਨਿਕਲ ਗਿਆ ਢੱਡਿਆ ਵਾਲਾ ਆਉਣਾ ਨੂਰਪੁਰ ਵੇਟ ਦੀ ਜਿਹੜੀ ਟੀਮ ਯੂਟਿਊਬ ਤੇ ਵੀਰੇ ਗਰਾਊਂਡ ਸਪੋਰਟਸ ਤੇ ਚੱਲਦਾ ਗਰਾਊਂਡ ਸਪੋਰਟਸ ਟੀਮਾਂ ਰੈਡੀ ਰਹਿਣ ਅਗਲੇ ਮੈਚ ਵਾਲੀਆਂ ਖਬਰ ਤਾਂ ਪਾ ਦੋ ਯਾਰ ਵੀਰੇ ਕਿੱਦਾਂ ਜੀ ਠੀਕ ਹੋ ਜੀ ਆਓ ਸਾਹਮਣੇ ਚੱਲਦੇ ਮੈਂ ਜੋ ਜਿੱਤ ਗਈ ਟੀਮ ਨੂਰਪੁਰ ਵੇਟ ਦੀ ਇੱਕ ਤਾਰੀ ਮਾਰੋ ਯੋਰ ਆਹ ਮੁੰਡਿਆਂ ਨੇ ਕਹਿੰਦੇ ਮੇਰੇ ਵੀਰੋ ਕੁਆਟਰ ਦੀ ਕਹਿੰਦੇ ਟਿਕਟ ਜਿਹੜੀ ਪੱਕੀ ਕਰਦੀ ਹੈ ਆਓ ਜੀ ਸਿਆਰ ਔਰ ਦੂਜੇ ਪਾਸੇ ਮੇਰੇ ਮਿੱਤਰੋ ਕਹਿੰਦੇ ਕੁੱਪ ਦੀ ਟੀਮ ਖੇਡੇਗੀ ਆਹ ਆ ਗਿਆ ਓਏ ਬਠਿੰਡੇ ਵਾਲਾ ਬਿਜਲੀ ਤੇ ਪਿੱਛੇ ਪਿੱਛੇ ਵੇਖ ਕੌਣ ਆ ਗਿਆ ਹਰਿਆਣੇ ਵਾਲਾ ਆ ਗਿਆ ਗੁਰਵਿੰਦ ਵਾਲਾ ਮੈਂ ਚਾਹ ਵੀ ਤਕੜਾ ਖੇਡਿਆ ਜਾਣਾ ਮੈਂ ਚਾਹ ਵੀ ਚੋਟੀ ਦਾ ਖੇਡਿਆ ਜਾਣਾ ਰੌਣਾ ਮੁੰਡੀਆਂ ਖੁਰਦ ਵਾਲਾ ਜੀ ਨੇ ਕੱਲ ਮੇਰੇ ਮਿੱਤਰ ਬੜੀ ਤਕੜੀ ਬੈਟਿੰਗ ਕੀਤੀ ਉਹ ਵੀ ਆ ਗਿਆ ਵਧੀਆ ਵਧੀਆ ਤੇ ਨਾਲ ਲਵੀ ਰਮਣੇ ਗੋਪੀ ਨੇ ਖੇਡਣਾ ਮੰਡ ਵਾਲੀ ਦੀ ਧਰਤੀ ਦਾ ਬਾਕੀ ਕਹਿੰਦੇ ਚਰਚੇ ਹੋਣਗੇ ਮੇਰੇ ਮਿੱਤਰ ਆਪ ਗੱਲਾਂ ਲੱਗਣੀ ਨੇ ਟਿਕਾਣੇ ਤੇ ਆ ਕਹਿੰਦੇ ਨਾਤੀ ਵੀ ਹੋਇਆ ਉਹ ਜਿਹੜੇ ਜਿਹੜੇ ਕਾਸਕੋ ਕ੍ਰਿਕਟ ਦੇ ਰਾਵਾਂ ਨੂੰ ਨੂਰਪੁਰ ਵਿੱਚ ਜੇਤੂ ਆ ਜੀ ਕਰਜਾਂਟ ਆ ਗਿਆ ਅੱਜ ਕਾਸਕੋ ਦੇ ਟੌਪ ਰਹੇ ਮੇਰੇ